ਨਮਸਕਾਰ, ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਅਤੇ ਪੰਜਾਬ ਦਾ ਸਭ ਤੋਂ ਭਰੋਸੇਮੰਦ ਨਿਊਜ਼ ਚੈਨਲ। ਅੱਜ ਮੁੱਦੇ ਦੇ ਵਿੱਚ ਗੱਲ ਕਰਾਂਗੇ ਕਿ ਆਖਿਰ ਕਿਉਂ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ, ਮੰਡੀਆਂ ਦੇ ਵਿੱਚ ਉਹ ਰੁਲਣ ਨੂੰ ਜਿਹੜੇ ਮਜਬੂਰ ਨੇ, ਉਹਨਾਂ ਦੀ ਖੱਜਲ ਖੁਆਰੀ ਦੇ ਲਈ ਆਖਿਰ ਜ਼ਿੰਮੇਵਾਰ ਕੌਣ ਹੈ? ਕਿਉਂਕਿ ਮੰਡੀਆਂ ਦੇ ਵਿੱਚ ਝੋਨੇ ਦੇ ਢੇਰ ਲੱਗੀ ਜਾ ਰਹੇ ਨੇ, ਫਸਲ ਦੇ ਢੇਰ ਨੇ, ਪਰ ਖਰੀਦ ਨਹੀਂ ਹੋ ਰਹੀ। ਜ਼ਿੰਮੇਵਾਰ ਕੌਣ ਹੈ ਕਿਸਾਨਾਂ ਦੀ ਇਸ ਪਰੇਸ਼ਾਨੀ ਦਾ? ਜ਼ਿੰਮੇਵਾਰ ਕੌਣ ਹੈ? ਸਵਾਲ ਹੀ ਖੜ੍ਹਾ ਹੋ ਰਿਹਾ ਹੈ, ਕਿਉਂਕਿ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਜਿਹੜਾ ਹੈ ਹੁਣ ਝੋਨੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹੈ, ਖਰੀਦਣ ਵਾਲਾ ਕੋਈ ਨਹੀਂ ਹੈ, ਨਾ ਸਰਕਾਰੀ ਏਜੰਸੀਆਂ ਖਰੀਦ ਰਹੀਆਂ ਨੇ। ਦੂਜੇ ਪਾਸੇ ਜਿਹੜੇ ਆੜ੍ਹਤੀਏ ਨੇ, ਸ਼ੈਲਰ ਮਾਲਕ ਨੇ, ਉਹ ਵੀ ਖਰੀਦ ਨਹੀਂ ਕਰ ਰਹੇ ਅਤੇ ਆੜ੍ਹਤੀਆਂ ਦੇ ਵੱਲੋਂ ਜਿਹੜੀ ਹੈ ਹੜਤਾਲ ਕੀਤੀ ਹੋਈ ਹੈ, ਅਤੇ ਇਸ ਵਿਚਾਲੇ ਜੋ ਮਜਬੂਰ ਹੋ ਰਿਹਾ, ਜੋ ਪਿਸ ਰਿਹਾ ਉਹ ਹੈ ਕਿਸਾਨ। ਕਿਸਾਨ ਜਿਸ ਨੇ ਅਗਲੀ ਫਸਲ ਵੀ ਬਿਓਣੀ ਹੈ ਅਤੇ ਹੁਣ ਆਪਣੀ ਇਸ ਫਸਲ ਨੂੰ ਲੈ ਕੇ ਮੰਡੀਆਂ 'ਚ ਬੈਠੇ ਜਾਂ ਅਗਲੀ ਫਸਲ ਦੇ ਲਈ ਕੰਮ ਕਰੇ, ਕਿਸਾਨ ਪਰੇਸ਼ਾਨ ਹੈ ਅਤੇ ਸਵਾਲ ਇਹੀ ਖੜ੍ਹੇ ਹੁੰਦੇ ਆ ਕਿ ਆਖਿਰ ਕਿਉਂ ਨਹੀਂ ਵਿਕ ਰਹੀ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ, ਅਤੇ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਦੇ ਲਈ ਆਖਿਰ ਜ਼ਿੰਮੇਵਾਰ ਕੌਣ ਹੈ? ਸਰਕਾਰੀ ਪ੍ਰਬੰਧਾਂ ਦੇ ਦਾਅਵੇ ਆਖਿਰ ਝੂਠੇ ਕਿਉਂ ਪੈ ਰਹੇ ਨੇ? ਕਿੱਥੇ ਗਈ ਸਰਕਾਰ ਅਤੇ ਸਰਕਾਰ ਦੇ ਦਾਅਵੇ? ਅਤੇ ਕੀ ਆੜ੍ਹਤੀਆਂ ਅਤੇ ਸ਼ੈਲਰ ਮਾਲਕ ਜਿਹੜੇ ਨੇ ਉਹ ਹੁਣ ਆਪਣੀ ਮਨਮਾਨੀ ਕਰ ਰਹੇ ਨੇ, ਹੜਤਾਲ ਦਾ ਬਹਾਨਾ ਕਰਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ? ਕਿਉਂਕਿ ਸਵਾਲ ਉਹਨਾਂ 'ਤੇ ਵੀ ਖੜ੍ਹੇ ਹੁੰਦੇ ਆ। ਸਰਕਾਰ ਦੀ ਤਾਂ ਗੱਲ ਕਰਾਂਗੇ, ਪਰ ਆੜ੍ਹਤੀਆਂ ਦੀ ਵੀ ਗੱਲ ਕਰਾਂਗੇ ਜਿਹੜੇ ਹੜਤਾਲ 'ਤੇ ਬੈਠੇ ਨੇ ਅਤੇ ਹੁਣ ਕਿਸਾਨ ਪਰੇਸ਼ਾਨ ਨੇ। ਇੱਕ ਰਿਪੋਰਟ ਵੇਖਦੇ ਹਾਂ ਅਤੇ ਉਸ ਤੋਂ ਬਾਅਦ ਚਰਚਾ ਸ਼ੁਰੂ ਕਰਾਂਗੇ। ਪੰਜਾਬ ਸਰਕਾਰ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਮੰਡੀਆਂ 'ਚ ਫਸਲ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਨੇ। ਗੱਲ ਚਾਹੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਹੋਵੇ ਜਾਂ ਫਿਰ ਮੋਗਾ ਜਾਂ ਬਠਿੰਡਾ ਦੀ, ਸਾਰੀਆਂ ਹੀ ਮੰਡੀਆਂ 'ਚ ਤਸਵੀਰ ਸਰਕਾਰ ਦੇ ਦਾਅਵਿਆਂ ਦੇ ਉਲਟ ਹੀ ਨਜ਼ਰ ਆਈ। ਮੰਡੀਆਂ 'ਚ ਝੋਨੇ ਦੇ ਢੇਰ ਲੱਗੇ ਹੋਏ ਨੇ ਅਤੇ ਪਿਛਲੇ ਕਈ ਦਿਨਾਂ ਤੋਂ ਮੰਡੀਆਂ 'ਚ ਫਸਲ ਦੀ ਖਰੀਦ ਨਹੀਂ ਹੋ ਪਾਈ, ਜਿਸ ਕਾਰਨ ਕਿਸਾਨ ਦਿਨ ਰਾਤ ਮੰਡੀਆਂ 'ਚ ਗੁਜ਼ਾਰਨ ਲਈ ਮਜਬੂਰ ਨੇ। ਇਸ ਦੇ ਨਾਲ ਹੀ ਮੰਡੀਆਂ ਦੇ ਵਿੱਚ ਕੋਈ ਵੀ ਮੰਤਰੀ ਜਾਂ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜਾ, ਜਿਸ ਦੇ ਚਲਦਿਆਂ ਕਿਸਾਨਾਂ ਨੇ ਢਿੱਲੇ ਮੰਡੀ ਪ੍ਰਬੰਧਾਂ, ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਰਾਜ਼ਗੀ ਜਤਾਈ ਹੈ। ਇੱਥੇ ਸਰਕਾਰੀ ਖਰੀਦ ਕਿੱਥੇ ਹੋ ਰਹੀ ਆ? ਬਿਲਕੁਲ ਸਰਕਾਰ ਝੂਠੇ ਦਾਅਵੇ ਕਰੀ ਜਾਂਦੀ ਵੀ ਅਸੀਂ 1 ਤਰੀਕ ਤੋਂ ਬੋਲੀ ਚਾਲੂ ਕਰਾਤੀ ਆ। ਮੈਨੂੰ ਲੱਗਦਾ 11 ਅੱਜ ਤਰੀਕ ਹੋ ਗਈ ਆ, ਅੱਜ ਤੀਕ ਤਾਂ ਸਰਕਾਰੀ ਇੰਸਪੈਕਟਰ ਮੈਂ ਕੋਈ ਸਰਕਾਰੀ ਖਰੀਦਦਾਰ ਵੇਖਿਆ ਨਹੀਂ ਇੱਥੇ ਮੰਡੀ 'ਚ। ਬਿਲਕੁਲ ਝੂਠ ਬੋਲ ਰਹੀ ਹੈ ਸਰਕਾਰ, ਕਿਉਂਕਿ ਅਸੀਂ ਹੁਣ ਘਾਟੇ 'ਚ ਫਸਲ ਦੇ ਕੇ ਜਾ ਰਹੇ ਹਾਂ, 18 ਮੋਚਰ ਆ ਸਾਡੇ ਕੋਲ, ਪਰ ਸਾਡੇ ਕੋਲ ਆ ਨਹੀਂ ਰਿਹਾ ਕੋਈ, ਅਸੀਂ ਘੱਟ ਰੇਟ 'ਤੇ ਫਸਲ ਵੇਚ ਕੇ ਜਾਣ ਲਈ ਮਜਬੂਰ ਹੋਏ ਪਏ ਹਾਂ, 3-3 ਕਿਲੋ ਕਾਰਡ ਦੇ ਰਹੇ ਹਾਂ 18 ਮੋਚਰ ਦੇ ਉੱਤੇ ਵੀ। 4 ਦਿਨ 8 ਦਿਨ ਹੋ ਗਏ ਅਜੇ ਤੁਹਾਡੇ ਸਾਹਮਣੇ ਉਹ ਵੱਟਾਂ ਬਣਾਈਆਂ ਪਈਆਂ, ਕਹਿੰਦੇ ਕਹਿੰਦਾ ਨਹੀਂ 1 ਤਰੀਕ ਤੋਂ ਖਰੀਦ ਸ਼ੁਰੂ ਸੀਗੀ ਕਹਿੰਦੇ, ਅਤੇ ਉਹਨੂੰ ਕੀ ਕਰੀਏ ਪਰ ਸਰਕਾਰ ਆਇਆ ਹੀ ਨਹੀਂ ਕੋਈ। ਅਸੀਂ ਤਾਂ ਇਹ ਕਹਿਣ ਚਾਹਵਾਂਗੇ ਵੀ ਸਾਨੂੰ ਖੱਜਲ ਖੁਆਰ ਕਰ ਰਹੀ ਆ ਸਰਕਾਰ, ਕਿਸੇ ਵੀ ਵਾਅਦੇ 'ਤੇ ਪੂਰਾ ਨਹੀਂ ਉਤਰਦੀ। ਦੇਖੋ ਹੁਣ ਜਿਹੜਾ 5 ਦਿਨ ਖੇਤ ਦੇ ਵਿੱਚ ਵੱਢ ਕੇ ਹੱਥੀਂ ਕੁੱਟ ਕੇ ਝੋਨਾ ਲਿਆਂਦਾ, ਦੱਸੋ ਗਿੱਲਾ ਹੋਊਗਾ ਕਿ ਸੁੱਕਾ ਹੋਊਗਾ? ਮੰਡੀ ਦੇ ਪ੍ਰਬੰਧ ਕਾਹਦੇ ਨੇ ਜੀ, 4 ਦਿਨ ਤੋਂ ਬੈਠੇ ਹਾਂ, ਜਿਹੜੀ ਫੁੱਲ ਜਾਂਦੇ ਨੇ ਸੁੱਕੀ ਜਾਂਦੀ ਹੈ, ਨਾ ਕੋਈ ਰੇਟ ਲੱਗਦਾ, ਹੈਰਾਨ ਹੋਈ ਜਾਂਦੀ ਹੈ ਜੀ। ਤੁਹਾਨੂੰ ਪਤਾ ਦੇਖ ਲਓ ਜੀ ਤੁਸੀਂ ਪ੍ਰਬੰਧ ਕਿਹੜੇ, ਕਿੱਥੇ ਪ੍ਰਬੰਧ ਆ ਜੀ, ਕੋਈ ਪ੍ਰਬੰਧ ਨਹੀਂ। ਸਰਕਾਰ ਤੋਂ ਇਹੀ ਮੰਗ ਕਰਦਾ ਵੀ ਸਾਡੀ ਜਿਹੜੀ ਦਾ ਭਾਅ ਲੱਗਣਾ ਚਾਹੀਦਾ, ਸਹੀ ਤਰੀਕੇ ਨਾਲ ਬੰਦਾ ਘਰੇ ਚਲਾ ਜਾਵੇ ਵੇਚ ਕੇ ਆਪਣੀ ਫਸਲ ਨੂੰ। ਦੂਜੇ ਪਾਸੇ ਆੜ੍ਹਤੀਆਂ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਮੰਡੀਆਂ 'ਚ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਦੱਸਿਆ ਕਿ 1 ਤਰੀਕ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ, ਪਰ ਮੰਡੀਆਂ 'ਚ ਕੋਈ ਵੀ ਅਧਿਕਾਰੀ ਖਰੀਦ ਲਈ ਨਹੀਂ ਪਹੁੰਚਿਆ, ਜਿਸ ਕਾਰਨ ਝੋਨੇ ਦੀ ਖਰੀਦ ਬਿਲਕੁਲ ਠੱਪ ਪਈ ਹੈ। ਉਹਨਾਂ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਤੋਂ ਹੱਲ ਦੀ ਵੀ ਮੰਗ ਕੀਤੀ।
ਤਰੀਕ ਤੋਂ ਵੈਸੇ ਸਰਕਾਰੀ ਖਰੀਦ ਸ਼ੁਰੂ ਹੋ ਜਾਂਦੀ ਹੈ ਅਤੇ ਲਗਭਗ ਅੱਜ 12 ਤਰੀਕ ਆਲਮੋਸਟ ਹੋ ਚੁੱਕੀ ਹੈ ਜੀ। ਹਜੇ ਤੱਕ ਕੋਈ ਸਾਡੇ ਕੋਲ ਕੋਈ ਸਰਕਾਰੀ ਅਧਿਕਾਰੀ ਹਜੇ ਤੱਕ ਕੋਈ ਨਹੀਂ ਆਇਆ ਜੀ। ਅਸੀਂ ਪਹਿਲਾਂ ਵੀ ਮੈਂ ਦੱਸ ਚੁੱਕਿਆ ਜੀ, ਸਾਰਥੀ ਦਾ ਰੋਲ ਇੱਕ ਇੰਟਰਮੀਡੀਏਟਰ ਦੀ ਤਰ੍ਹਾਂ ਹੁੰਦਾ। ਅਸੀਂ ਇੱਕ ਚੈਨਲ ਹਾਂ ਸਰਕਾਰ ਦੇ ਵਿੱਚ ਅਤੇ ਇੱਕ ਜ਼ਿਮੀਂਦਾਰ ਭਾਈਚਾਰੇ ਦੇ ਵਿੱਚ, ਅਤੇ ਅਸੀਂ ਤਾਂ ਜਿਵੇਂ ਸਾਨੂੰ ਇੰਸਟਰਕਸ਼ਨਾਂ ਆਉਣਗੀਆਂ ਅਸੀਂ ਉਹ ਫੋਲੋ ਕਰਾਂਗੇ, ਪਰ ਹਜੇ ਤੱਕ ਫਿਲਹਾਲ ਸਾਡੇ ਕੋਲ ਕੋਈ ਵੀ ਸਰਕਾਰੀ ਅਧਿਕਾਰੀ ਕੋਈ ਵੀ ਸਾਡਾ ਮਾਲ ਲੈਣ ਲਈ ਜਾਂ ਸਾਨੂੰ ਕੋਈ ਤੱਕ ਨਹੀਂ ਪੁੱਛਿਆ। ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੇ ਸਰਕਾਰ ਨਾਲ ਚੱਲ ਰਹੇ ਰੇੜਕੇ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਅਤੇ ਖੁਦ ਨੂੰ ਕਿਸਾਨ ਹਿਤੈਸ਼ੀ ਕਹਿਣ ਵਾਲੀ ਸਰਕਾਰ ਦੇ ਦਾਅਵੇ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਜਾਪ ਰਹੇ ਨੇ। ਪਹਿਲਾਂ ਹੀ ਕਰਜ਼ੇ ਦਾ ਸੰਤਾਪ ਹੰਡਾਰੀ ਕਿਸਾਨੀ ਨੂੰ ਮੰਡੀਆਂ 'ਚ ਹੁਣ ਦੋਹਰੀ ਮਾਰ ਚੱਲਣੀ ਪੈ ਰਹੀ ਹੈ, ਜਿਸ ਪ੍ਰਤੀ ਸੂਬਾ ਸਰਕਾਰ ਗੰਭੀਰ ਨਜ਼ਰ ਨਹੀਂ ਆ ਰਹੀ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਸੋ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੇ ਵਿਚਾਲੇ ਰੇੜਕਾ ਹੈ ਅਤੇ ਉਸਦੇ ਕਰਕੇ ਕਿਸਾਨ ਪਰੇਸ਼ਾਨ ਹੋ ਰਹੇ ਨੇ। ਨੁਕਸਾਨ ਕਿਸਾਨਾਂ ਦਾ ਹੋ ਰਿਹਾ ਅਤੇ ਸਰਕਾਰ ਕਹਿੰਦੀ ਹੈ ਕਿ ਦਾਅਵੇ ਪੂਰੇ ਜੋ ਕਰ ਰਹੀ ਹੈ ਕਿ ਮੁਕੰਮਲ ਕਰ ਲਿੱਤੇ ਗਏ ਨੇ ਸਾਰੇ ਪ੍ਰਬੰਧ। ਸੋ ਪ੍ਰਬੰਧ ਕਾਹਦੇ ਜੇ ਕਿਸਾਨਾਂ ਦੀ ਫਸਲ ਚੁੱਕੀ ਨਹੀਂ ਜਾ ਰਹੀ, ਉਸਨੂੰ ਖਰੀਦਿਆ ਹੀ ਨਹੀਂ ਜਾ ਰਿਹਾ, ਅਤੇ ਫਿਰ ਕਾਹਦੇ ਪ੍ਰਬੰਧ ਕੀਤੇ ਹੋਏ ਆ? ਮੰਡੀਆਂ ਦੇ ਵਿੱਚ ਢੇਰ ਦੇ ਢੇਰ ਲੱਗ ਰਹੇ ਨੇ ਫਸਲ ਦੇ, ਕਿਸਾਨ ਪਰੇਸ਼ਾਨ ਹੋ ਰਹੇ ਨੇ। ਚਾਰ ਚਾਰ ਦਿਨ ਹੋ ਗਏ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਬੈਠੇ, ਅਤੇ ਅਜੇ ਵੀ ਸਰਕਾਰ ਕਹਿੰਦੀ ਹੈ ਕਿ ਮੁਕੰਮਲ ਨੇ ਜੀ ਸਾਡੇ ਪ੍ਰਬੰਧ। ਅਤੇ ਕਿਵੇਂ ਮੰਨ ਲਈਏ ਸਾਰੇ ਜਿਹੜੇ ਪ੍ਰਬੰਧ ਮੁਕੰਮਲ ਨੇ? ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਜਿਹੜੀ ਹੈ ਉਹ ਖੰਨੇ ਦੇ ਵਿੱਚ ਹੈ, ਅਤੇ ਉੱਥੇ ਹੀ ਪੂਰੀ ਮੰਡੀ ਜਿਹੜੀ ਹੈ ਭਰ ਗਈ ਹੈ। ਇਸ ਵੇਲੇ ਢੇਰਾਂ ਦੇ ਢੇਰ ਲੱਗ ਚੁੱਕੇ ਨੇ, ਅਤੇ ਬਾਹਰ ਤੱਕ ਜਿਹੜੀਆਂ ਕਿਸਾਨ ਜਿਹੜੇ ਨੇ ਮਜਬੂਰਨ ਟਰਾਲੀਆਂ ਖੜ੍ਹਾ ਹੀ ਕਰਨ ਨੂੰ ਮਜਬੂਰ ਨੇ। ਇੰਨਾ ਉੱਥੇ ਜਿਹੜਾ ਹੈ ਝੋਨਾ ਜਿਹੜਾ ਹੈ ਇੰਨਾ ਜ਼ਿਆਦਾ ਆ ਚੁੱਕਾ ਹੈ, ਅਤੇ ਖਰੀਦ ਹੋ ਨਹੀਂ ਰਹੀ। ਇਹ ਹੁਣ ਸਵਾਲ ਖੜ੍ਹੇ ਹੋ ਰਹੇ ਨੇ, ਇਹ ਸਵਾਲ ਖੜ੍ਹੇ ਹੋ ਰਹੇ ਨੇ ਕਿ ਆਖਿਰ ਅਜਿਹਾ ਕਿਉਂ ਸਵਾਲ ਇਹ ਖੜ੍ਹੇ ਹੋ ਰਹੇ ਆ। ਜੋ ਕਈ ਸਾਰੇ ਸਵਾਲ ਖੜ੍ਹੇ ਕਿ ਆਖਿਰ ਸਰਕਾਰ ਕੀ ਕਰ ਰਹੀ ਹੈ? ਸੋ ਕਿਸਾਨ ਕਿਉਂ ਪਰੇਸ਼ਾਨ ਹੋ ਰਹੇ ਨੇ, ਅਤੇ ਕਿਸਾਨਾਂ ਦੀ ਦਿੱਕਤਾਂ ਆਖਿਰ ਵਧੀਆਂ ਜਾ ਰਹੀਆਂ ਨੇ, ਅਤੇ ਸਰਕਾਰ ਦਿਖਾਈ ਨਹੀਂ ਦੇ ਰਹੀ, ਸਰਕਾਰ ਦੇ ਪ੍ਰਬੰਧ ਦਿਖਾਈ ਨਹੀਂ ਦੇ ਰਹੇ? ਆੜ੍ਹਤੀ ਵੈਸੇ ਹੜਤਾਲ 'ਤੇ ਬੈਠੇ ਨੇ, ਅਤੇ ਸ਼ੈਲਰ ਮਾਲਕ ਜਿਹੜੇ ਨੇ ਉਹ ਵੀ ਜਿਹੜਾ ਹੈ ਹੱਥ ਪਿੱਛੇ ਖਿੱਚਦੇ ਹੋਏ ਦਿਖਾਈ ਦੇ ਰਹੇ ਨੇ। ਆਖਿਰ ਅਜਿਹੇ ਵਿੱਚ ਕਿਸਾਨ ਕੀ ਕਰਨ? ਕਈ ਸਾਰੇ ਸਵਾਲ ਖੜ੍ਹੇ ਹੋ ਗਏ ਨੇ, ਇਸ ਦੇ ਉੱਪਰ ਚਰਚਾ ਕਰਾਂਗੇ। ਮਹਿਮਾਨ ਵੀ ਸਾਡੇ ਨਾਲ ਜੁੜ ਗਏ ਨੇ, ਗਿਆਨ ਸਿੰਘ ਧੜਕ ਸਾਹਿਬ ਕਿਸਾਨ ਆਗੂ ਨੇ, ਬੌਬੀ ਕੰਬੋਜ ਜੀ ਨੇ ਭਾਰਤੀ ਜਨਤਾ ਪਾਰਟੀ ਤੋਂ, ਜਗਤਾਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਗਿਆਨ ਜੀ, ਤੁਹਾਡੇ ਤੋਂ ਸ਼ੁਰੂਆਤ ਕਰਾਂਗੇ। ਕਿਸਾਨਾਂ ਨੂੰ ਸੁਣਿਆ ਅਸੀਂ ਖੰਨੇ ਦੀ ਮੰਡੀ ਦੇ ਵਿੱਚ, ਮੋਗੇ ਦੀ ਮੰਡੀ ਦੇ ਵਿੱਚ, ਵੱਖ ਵੱਖ ਮੰਡੀਆਂ ਦੇ ਵਿੱਚ, ਉਹਨਾਂ ਦਾ ਕਹਿਣਾ ਹੈ ਕਿ ਚਾਰ ਚਾਰ ਦਿਨ ਹੋ ਗਏ ਨੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਬੈਠੇ, ਆਪਣੀ ਫਸਲਾਂ ਨੂੰ ਲਿਆ ਕੇ ਉੱਥੇ ਬੈਠੇ ਨੇ, ਪਰ ਖਰੀਦ ਨਹੀਂ ਹੋ ਰਹੀ। ਇੰਨਾ ਪਰੇਸ਼ਾਨ ਹੋ ਰਿਹਾ ਕਿਸਾਨ ਅੱਜ? ਗੌਰਵ ਵਾਲੀਆ ਜੀ, ਕਿਸਾਨ ਪਹਿਲਾਂ ਤਾਂ ਹਾਲਤ ਬਹੁਤ ਖਸਤਾ ਹੋਈ ਵੀ ਹੈ, ਬਹੁਤ ਮੁਸ਼ਕਿਲ ਨਾਲ ਫਸਲ ਹੈ ਜਿਹੜੀ ਉਹ ਪੈਦਾ ਕਰਦਾ, ਜਦੋਂ ਫਸਲ ਪੈਦਾ ਕਰਕੇ ਮੰਡੀ 'ਚ ਲਿਆਉਂਦਾ ਤਾਂ ਹੁਣ ਦੇਖੋ ਪਹਿਲਾਂ ਵੀ ਰੁਲਦੀਆਂ, ਅਤੇ ਐਤਕੀ ਫਿਰ 1 ਅਕਤੂਬਰ 'ਤੇ ਖਰੀਦ ਸ਼ੁਰੂ ਹੋਣੀ ਸੀ, 6 ਦਿਨ ਤਾਂ ਆੜ੍ਹਤੀਆਂ ਨੇ ਹੜਤਾਲ ਵਿੱਚ ਲੰਘਾ 'ਤੇ, ਉਹ ਤੋਂ ਬਾਅਦ 6 'ਤੇ ਸ਼ੁਰੂ ਹੋਈ ਤਾਂ
ਮੰਡੀਆਂ 'ਚ ਜਿੱਥੇ ਖਰੀਦ ਕਰੀਏ ਅੰਬਾਰ ਲੱਗ ਗਏ ਬੋਰੀਆਂ ਦੇ, ਕੋਈ ਲਿਫਟਿੰਗ ਨਹੀਂ ਹੋ ਰਹੀ। ਕਿਸਾਨ ਜਿਹੜਾ ਉਹ ਸੜਕ 'ਤੇ ਸੁੱਟ ਰਿਹਾ ਅਨਾਜ, ਬਹੁਤ ਜਗ੍ਹਾ 'ਤੇ ਉਹਦੀ ਲੁੱਟ ਹੋ ਰਹੀ ਹੈ। ਮੋਚਰ ਨੂੰ ਕਹਿ ਕੇ ਵੀ ਮੋਚਰ ਵੱਧ ਆਉਂਦਾ ਅਤੇ ਮੋਚਰ ਦੀਆਂ ਮਸ਼ੀਨਾਂ ਜਿਹੜੀਆਂ ਆੜਤੀ ਪਾਸ ਹੋ ਰਹੇ ਅਤੇ ਮੰਡੀ ਬੋਰਡ ਪਾ ਹੋ ਰਹੇ, ਸੈਲਰ ਕੋਲ ਮਾਲਕ ਕੋਲ ਹੋ ਰਹੇ ਅਤੇ ਤਿੰਨਾਂ ਦਾ ਨਹੀਂ ਆਪਸ ਵਿੱਚ ਮਿਲਦਾ, ਤਿੰਨ ਤਿੰਨ ਡਿਗਰੀ ਜਿਹੜੀ ਉਹਨਾਂ ਦਾ ਫਰਕ ਨਿਕਲਦਾ। ਉਹਦੇ ਨਾਲ ਕਿਸਾਨ ਦੀ ਫਿਰ ਲੁੱਟ ਹੁੰਦੀ, ਵਿਚਾਲਾ ਕਸਾਈ ਕਿਸਾਨ ਦੀ ਹੁੰਦੀ ਹੈ ਅਤੇ ਬਾਕੀ ਤੋਲ ਤਲਾਈ ਦੇ ਵਿੱਚ ਹੁੰਦੀ ਹੈ ਕਿਸਾਨ ਦੀ ਕਸਾਈ। ਸਰਕਾਰ ਨੂੰ ਅਸੀਂ ਵਾਰ ਵਾਰ ਮੰਗ ਕਰਦੇ ਹਾਂ ਵੀ ਜਿਹੜੇ ਫਾਰਸੀ ਕੰਡੇ ਹੈ ਇਹਨਾਂ ਨੂੰ ਬੰਦ ਕਰ ਦਿਉ, ਕੰਪਿਊਟਰ ਕੰਡੇ ਲਾ ਦਿਉ। ਕਿਸਾਨ ਉੱਪਰ ਖੜ ਕੇ ਹੀ ਦੱਸ ਦੂਗਾ ਵੀ ਮੇਰਾ ਵਜਨ ਇੰਨਾ ਅਤੇ ਬਾਕੀ ਇੰਨਾ ਕੱਟਾ ਤੁਲਦਾ। ਇਹ ਚੋਰ ਬਜ਼ਾਰੀ ਵਾਸਤੇ ਇਹ ਦੂਜੇ ਕੰਡੇ ਰੱਖੇ ਹੋਏ ਹੈ। ਅਸੀਂ ਸਰਕਾਰ ਨੂੰ ਬਹੁਤ ਵਾਰੀ ਕਿਹਾ ਵੀ ਇੱਥੇ ਚੋਰੀ ਹੁੰਦੀ ਹੈ ਸਾਡੀ ਝੋਨੇ ਦੀ ਢੇਰੀਆਂ 'ਤੇ, ਤੁਸੀਂ ਕੈਮਰੇ ਲਾ ਦਿਉ। ਅਸੀਂ ਨੈੱਟ ਦਾ ਸਿਸਟਮ ਹੈ, ਘਰ ਬੈਠ ਕੇ ਵੀ ਦੇਖ ਲਓ ਬੰਦਾ, ਉੱਥੇ ਵੀ ਚੈੱਕ ਕਰ ਲਊਗਾ। ਪਰ ਮੰਡੀ ਬੋਰਡ ਕੋਲ ਸਾਡਾ 2,500 ਕਰੋੜ ਰੁਪਇਆ ਕਮਿਸ਼ਨ ਦਾ ਜਾਂਦਾ ਫਸਲਾਂ ਦੀ ਦਾ, ਪਰ ਮੰਡੀ ਬੋਰਡ ਇਹ ਸਹੂਲਤਾਂ ਨਹੀਂ ਸਾਨੂੰ ਉਪਲਬਧ ਕਰਦਾ। ਸਿਆਸੀ ਤੌਰ 'ਤੇ ਚੇਅਰਮੈਨ ਲਾ ਦਿੱਤਾ ਜਾਂਦਾ, ਉਹ ਸਿਆਸੀ ਖਰਚੇ ਕਰਦਾ। ਪਹਿਲਾਂ ਸੜਕਾਂ ਜਿਹੜੇ ਨੇੜੇ ਦੀਆਂ ਮੰਡੀ ਦੇ ਨੇੜੇ ਪਿੰਡਾਂ ਤੱਕ ਸੜਕਾਂ ਠੀਕ ਕਰ ਦਿੰਦਾ ਹੁੰਦਾ ਸੀਗਾ, ਹੁਣ ਇੱਕ ਰਿਪੇਅਰ ਵੀ ਨਹੀਂ ਕਿਤੇ ਸੁਣੀ ਹੈਗੀ ਵੀ ਕਿਤੇ ਲਾਤੀ ਹੋਣੀ। ਕਾਂਗਰਸ ਦਾ ਬੁਲਾਰਾ ਆਊਗਾ, ਉਹਨੂੰ ਪੁੱਛ ਲਾਂਗੇ ਵੀ ਕਿਤੇ ਸੜਕ 'ਤੇ ਰਿਪੇਅਰ ਕਰੀਏ ਹੁਣ ਮੰਡੀ ਬੋਰਡ ਨੇ, ਤਾਂ ਕਿ ਕਿਸਾਨਾਂ ਦੀ ਜਿਹੜੀ ਫਸਲ ਹੈ ਸਹੀ ਆ ਸਕੇ। ਬਹੁਤ ਮੁਸ਼ਕਲ ਉਹਦੇ ਵਿੱਚ ਗੁਜ਼ਰ ਰਹੇ, ਅਵਾਰਾ ਪਸ਼ੂ ਉਹ ਸਾਨੂੰ ਪਹਿਲਾਂ ਤੰਗ ਕਰਦੇ। 2,000 ਕਰੋੜ ਦਾ ਉਹ ਸਾਡਾ ਅਨਾਜ ਪਹਿਲਾਂ ਖੜ੍ਹਾ ਹੀ ਖਾ ਜਾਂਦੇ, ਬਾਅਦ 'ਚ ਹੁਣ ਨਾਲੇ ਐਕਸੀਡੈਂਟਾਂ ਦਾ ਕੰਮ ਬਣਦੇ। ਇੱਥੇ ਨਰਮਾ ਵਿਕਦਾ 5,450 ਰੁਪਈਏ, ਵਿਕਣਾ ਚਾਹੀਦਾ CCI, ਉਹ ਵਿਕ ਨਹੀਂ ਰਿਹਾ, 4,700 ਅਤੇ 5,000 ਤੱਕ ਵਿਕ ਰਿਹਾ। ਲੁੱਟ ਹੋ ਰਹੀ ਹੈ ਉੱਥੇ ਵੀ। ਫਾਜ਼ਿਲਕਾ ਦੇ ਵਿੱਚ ਕੱਲ੍ਹ 4 ਕੁਇੰਟਲ ਵਿਕਿਆ ਅਤੇ ਨਰਮੇ ਦੇ ਅੰਬਾਰ ਲੱਗੇ ਵੇ। ਵੀ ਸਰਕਾਰ ਨੂੰ ਚਾਹੀਦਾ ਉਹ ਕਿਸਾਨੀ ਦੇ ਪ੍ਰਬੰਧ ਆ ਜਿਹੜੇ ਉਹ ਸਹੀ ਕਰੇ, ਅਤੇ ਪਹਿਲਾਂ ਲਾਉਣ ਵੇਲੇ ਵੀ ਉਹ ਦੇਖੇ ਵੀ ਇਹ ਝੋਨਾ ਲਾਉਣ ਦਾ ਇੱਕ ਟਾਈਮ ਹੈ, ਇੱਕ ਟਾਈਮ ਲੱਗ ਜਾਂਦਾ, ਹੁਣ ਇੱਕ ਟਾਈਮ ਹੀ ਆ ਜਾਂਦਾ, ਅਤੇ ਇਹਨੂੰ ਰੋਕ ਰੋਕ ਕੇ ਰੇਟ ਦੇਣਾ ਚਾਹੀਦਾ ਸਰਕਾਰ ਨੂੰ ਮਹੀਨਾ ਵਧੀ। ਜਿਵੇਂ ਕਣਕ ਦਾ ਰੇਟ ਅੱਜ 2,200 ਹੋ ਗਿਆ, ਅਤੇ ਕਿਉਂ ਨਹੀਂ ਕਣਕ ਦਾ ਰੇਟ ਹਰੇਕ ਮਹੀਨੇ ਵਧਾ ਕੇ ਇੰਨਾ 400-500 ਰੁਪਏ ਦੇ ਫਰਕ ਨਾਲ, ਤਾਂ ਕਿ ਕਿਸਾਨ ਰੋਕ ਕੇ ਫਸਲ ਵੇਚੇ ਆਪਣੀ, ਅਤੇ ਇੱਦਾਂ ਦੀ ਸਹੂਲਤ ਕਿਸਾਨ ਨੂੰ ਦਿੱਤੀ ਜਾਵੇ, ਤਾਂ ਕਿ ਜੇ ਕਿਸਾਨ ਦੂਜੇ ਪਾਸੇ ਬਦਲਦਾ ਕੋਈ ਸਹਾਇਕ ਧੰਦਿਆਂ ਵੱਲ, ਉੱਧਰ ਵੀ ਕਿਸਾਨ ਦੀ ਬਹੁਤ ਮੰਦੀ ਹਾਲਤ ਹੈ, ਉੱਧਰ ਵੀ ਤੇ ਦੁੱਧ ਦਾ ਰੇਟ ਨਹੀਂ ਮਿਲਦਾ, ਨਾ ਮਿਲਣ ਕਰਕੇ 35% ਮੱਝਾਂ ਜਿਹੜੀਆਂ ਖੁੱਲ ਚੁੱਕੀਆਂ। ਠੀਕ ਹੈ, ਆਉਣ ਵਾਲੇ ਟਾਈਮ 'ਚ ਜਿਹੜਾ ਡੈਰੀ ਦਾ ਹਾਲ ਵੀ ਮੰਦਾ ਹੋਣਾ। ਬੋਬੀ ਜੀ, ਕੇਂਦਰ ਦੀ ਏਜੰਸੀਆਂ ਨੇ ਜਿਹੜੀਆਂ FCI ਅਤੇ ਬਾਕੀ, ਉਹ ਏਜੰਸੀਆਂ ਕੀ ਕਰ ਰਹੀਆਂ? ਸੂਬਾ ਸਰਕਾਰ ਨੂੰ ਤਾਂ ਆਪਾਂ ਹੁਣੇ ਪੁੱਛਾਂਗੇ, ਜਿਵੇਂ ਸੂਬੇ ਦੇ ਬੁਲਾਰੇ ਜੁੜਨਗੇ ਪਾਰਟੀ ਦੇ, ਅਤੇ ਉਹਨਾਂ ਨੂੰ ਤਾਂ ਪੁੱਛਾਂਗੇ ਉਹਨਾਂ ਦੀ ਸਰਕਾਰ ਆ ਉਹ ਕੀ ਕਰ ਰਹੇ ਆ, ਮੰਡੀ ਬੋਰਡ ਵਾਲਿਆਂ ਨੂੰ ਵੀ ਪੁੱਛਾਂਗੇ, ਪਰ ਕੇਂਦਰ ਕੀ ਕਰ ਰਿਹਾ? ਸਵਾਲ ਇਹ ਦੇਖੋ ਕਿ ਕੇਂਦਰ ਸਰਕਾਰ ਦੀ ਜਿੱਥੇ ਤੀਕਰ ਗੱਲ ਕਰਦੇ ਹਾਂ, ਉਹ ਬਿਲਕੁਲ ਸੁਚੇਤ ਹੈ ਇਸ ਗੱਲ ਨੂੰ। ਉਹਨਾਂ ਨੇ 26,707 ਕਰੋੜ ਰੁਪਈਆ ਜਿਹੜਾ FCI ਰਾਹੀਂ ਜਿਹੜੀ ਉਹਨਾਂ ਦੀ ਕ੍ਰੈਡਿਟ ਲਿਮਿਟ ਹੈ ਉਹ ਭੇਜ ਦਿੱਤੀ ਹੋਈ ਹੈ, ਔਰ ਜਿਹੜੀ ਇਹ ਸਾਰੀ ਦੀ ਸਾਰੀ ਨਲੈਕੀ ਜਿਹੜੀ ਹੈ ਪੰਜਾਬ ਸਰਕਾਰ ਦੀ ਹੈ। ਪੰਜਾਬ ਸਰਕਾਰ ਆਪਣੀ ਜਿਹੜੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਉਹ ਮੰਡੀਆਂ 'ਚ ਕਿਸਾਨਾਂ ਨੂੰ ਖੱਜਲ ਖੁਆਰ ਹੋਣ ਦੇ ਰਹੀ ਹੈ। ਇਹ ਹਰੇਕ ਸਾਲ ਹੀ ਇੱਦਾਂ ਦੇਖਿਆ ਗਿਆ ਵੀ ਜਦੋਂ ਕਿਸਾਨ ਵਿਚਾਰਾ ਜਿਹੜਾ ਆਪਣੀ ਪੁੱਤਾਂ ਵਾਂਗੂ ਫਸਲ ਨੂੰ ਪਾਲਦਾ, ਤਾਂ ਉਹ ਜਦੋਂ ਮਤਲਬ ਕਿ ਉੱਥੇ ਮੰਡੀਆਂ ਵਿੱਚ ਖੱਜਲ ਖੁਆਰ ਹੁੰਦਾ, ਤਾਂ ਇਹ ਬੜੀ ਹੀ ਮਤਲਬ ਕਿ ਗਲਤ ਗੱਲ ਹੈਗੀ ਹੈ ਕਿ ਕਿਸਾਨ ਜਿਹੜਾ ਆਪਣੇ ਜਿਹੜੀ ਫਸਲ ਪੁੱਤਾਂ ਵਾਂਗੂ ਪਾਲਦਾ ਉਸਦਾ ਉਹਨੂੰ ਮੁੱਲ ਪੂਰਾ ਮਿਲਣਾ ਚਾਹੀਦਾ। ਬਾਕੀ ਪੂਰਾ ਮਿਲਣਾ ਚਾਹੀਦਾ ਪਰ ਨਹੀਂ ਮਿਲ ਰਿਹਾ, ਅਫਸੋਸ ਹੈ, ਪੂਰਾ ਮਿਲਣਾ ਚਾਹੀਦਾ ਪਰ ਅਫਸੋਸ ਹੈ, ਮੰਦਭਾਗੀ ਗੱਲ ਹੈ, ਨਹੀਂ ਮਿਲ ਰਿਹਾ। ਮੈਂ ਬੋਬੀ ਜੀ ਆਊਂਗਾ, ਸਾਡੇ ਸਹਿਯੋਗੀ ਬਨੂੜ ਦੀ
ਮੰਡੀ ਦੇ ਵਿੱਚ ਇਸ ਵੇਲੇ ਮੌਜੂਦ ਨੇ ਗਗਨਦੀਪ ਸਿੰਘ। ਗਗਨ, ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ? ਜੀ ਗੌਰਵ। ਗਗਨ, ਇਸ ਵੇਲੇ ਸੂਰਤ ਹਾਲ ਕੀ ਹੈ, ਕਿਉਂਕਿ ਕਿਸਾਨ ਪਰੇਸ਼ਾਨ ਹੈ, ਤੁਸੀਂ ਖੁਦ ਸਵੇਰ ਤੋਂ ਲੈ ਕੇ ਵੱਖ ਵੱਖ ਮੰਡੀਆਂ ਦਾ ਦੌਰਾ ਕੀਤਾ, ਹੁਣ ਬਣੂਰ ਪਹੁੰਚੇ ਹੋ, ਇਸ ਮੰਡੀ ਦਾ ਕੀ ਹਾਲ ਹੈ? ਬਿਲਕੁਲ ਦੱਸਣਾ ਚਾਹਾਂਗੇ, ਜੇਕਰ ਮੰਡੀ ਦੇ ਆਪਾਂ ਹਾਲ ਦੀ ਗੱਲ ਕਰੀਏ ਤਾਂ ਕਿਸਾਨਾਂ ਦਾ ਦੁੱਖ ਦਰਦ ਜਿਹੜਾ ਹੈਗਾ ਉਹ ਵੀ ਬਾਕੀ ਮੰਡੀਆਂ ਦੇ ਵਾਂਗੂ ਹੀ ਇੱਥੇ ਵੀ ਨਜ਼ਰ ਆ ਰਿਹਾ ਹੈਗਾ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਲਗਭਗ ਸਵੇਰ ਦੇ ਇੱਥੇ ਬੈਠੇ ਹੋਏ ਹਾਂ, ਪਰ ਅਜੇ ਵੀ ਕੋਈ ਵੀ ਬੋਲੀ ਲਗਾਉਣ ਵਾਸਤੇ ਇੱਥੇ ਅਧਿਕਾਰੀ ਨਹੀਂ ਪਹੁੰਚਿਆ। ਕਈ ਕਿਸਾਨ ਇਹੋ ਜਿਹੇ ਨੇ, ਤਿੰਨ ਦਿਨ ਹੋ ਗਏ ਉਹਨਾਂ ਨੂੰ ਇੱਥੇ ਆਉਂਦੇ ਨੂੰ, ਪਰ ਅਜੇ ਵੀ ਬੋਲੀ ਜਿਹੜੀ ਹੈਗੀ ਆ ਉਹ ਨਹੀਂ ਲੱਗੀ। ਇੱਕ ਕਿਸਾਨ 6 ਦਿਨ ਇੱਥੇ ਬੈਠ ਕੇ ਵਾਪਸ ਘਰ ਚਲਾ ਗਿਆ, ਤਾਂ ਕੀ ਪ੍ਰਸ਼ਾਸਨ ਜਿਹੜੇ ਦਾਅਵੇ ਕਰਦਾ ਹੈਗਾ ਉਸਦੀ ਅਸਲ ਹਕੀਕਤ ਕੀ ਹੈਗੀ ਹੈ? ਸਾਡੇ ਨਾਲ ਪੁਨੀਤ ਜੈਨ ਮੌਜੂਦ ਹੈਗੇ ਨੇ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਨੇ। ਜੈਨ ਸਾਹਿਬ, ਕੀ ਇਹ ਕਿਸਾਨਾਂ ਜਿਹੜਾ ਦਰਦ ਦੇਖਣ ਨੂੰ ਮਿਲ ਰਿਹਾ ਹੈਗਾ, ਮੰਡੀਆਂ ਦੇ ਵਿੱਚ ਕਿਸਾਨ ਰੁਲ ਰਿਹਾ, ਤਾਂ ਲੱਗਦਾ ਹੈ ਕਿ ਇਹਨਾਂ ਦੀ ਕੋਈ ਸਾਰ ਲਿੱਤੀ ਜਾਊਗੀ? ਨਹੀਂ, ਇਹੋ ਮੈਂ ਗੱਲ ਨਾਲ ਸਹਿਮਤ ਨਹੀਂ ਹੈ, ਕਿਉਂਕਿ ਜਿਹੜਾ ਮੰਡੀ 'ਚ ਮਾਲ ਸੁੱਕਾ ਝੋਨਾ ਆ ਰਿਹਾ ਹੈ ਉਹ ਰੋਜ਼ ਦਾ ਰੋਜ਼ ਚੁੱਲ ਰਿਹਾ। ਸੁੱਕਾ ਝੋਨਾ ਜਿਹੜਾ 17% ਨਵੀਂ ਵਾਲਾ ਆ ਰਿਹਾ ਉਹ ਰੋਜ਼ ਦਾ ਰੋਜ਼ ਤੁਰ ਰਿਹਾ। ਕਿਸੇ ਦਾ ਥੋੜ੍ਹਾ ਬਹੁਤਾ ਹੁੰਦਾ ਉਹ ਅਗਲੇ ਦਿਨ ਤੁਰ ਜਾਂਦਾ, ਉਸ ਤੋਂ ਜ਼ਿਆਦਾ ਨਹੀਂ। 6 ਦਿਨ ਵਾਲੀ ਗੱਲ ਮੈਂ ਨਹੀਂ ਮੰਨਦਾ ਹਾਂ, ਮੈਂ ਨਹੀਂ 6 ਦਿਨ ਵਾਲੀ ਗੱਲ ਮੰਨਦਾ। ਹੁਣ ਜੇ ਉਹ ਹਰਾ ਝੋਨਾ ਵੱਢ ਕੇ ਲਿਆਏਗਾ ਉਹਦੇ ਵਿੱਚ ਮੇਰਾ ਨਹੀਂ। ਗਗਨ, ਇਹਨਾਂ ਨੂੰ ਪੁੱਛੋ, ਜੈਨ ਸਾਹਿਬ ਨੂੰ ਪੁੱਛੋ ਕਿ ਕੋਈ ਕਿਸਾਨ ਇੰਨਾ ਕਮਲਾ ਹੁੰਦਾ ਕਿ ਉਹ ਹਰਾ ਝੋਨਾ ਵੱਢ ਕੇ ਲਿਆਏਗਾ? ਅਜਿਹਾ ਹੁੰਦਾ ਕਦੀ? ਆਪਣੇ ਆਪ ਦੇ ਵਿੱਚ ਇਹ ਨਵੀਂ ਗੱਲ ਹੈ ਕਿ ਜਿਸ ਤਰੀਕੇ ਨਾਲ ਸੋਨੇ ਦੇ ਵਾਂਗੂ ਲੱਗਦਾ ਪਿਆ, ਬਿਲਕੁਲ ਇਹ ਤੁਸੀਂ ਆਪਦੇ ਵਿੱਚ ਵੀ ਅਸੀਂ ਫੜ ਕੇ ਦਿਖਾ ਦਿੰਦੇ ਹਾਂ ਕਿ ਇਹਦਾ ਰੰਗ ਤੁਸੀਂ ਵੇਖ ਸਕਦੇ ਹੋ, ਹਰਾ ਰੰਗ ਤਾਂ ਸਾਨੂੰ ਨਜ਼ਰ ਤਾਂ ਆਉਂਦਾ ਨਹੀਂ ਹੈਗਾ। ਮੇਰੇ ਨਾਲ ਇੱਕ ਕਿਸਾਨ ਵੀਰ ਵੀ ਇਹਨਾਂ ਨੂੰ ਪੁੱਛਣ ਮਦਨ ਲਾਲ ਜ਼ਿਮੀਦਾਰ ਹਾਂ ਜੀ, ਕਲੌਲੀ ਪਿੰਡ ਹੈ ਮੇਰਾ, ਤੇ ਇਹ ਮੇਰੀ ਇੱਕ ਟਰਾਲੀ ਆਈ ਤੇ 4 ਹੋਰ ਆ ਰਹੀਆਂ ਨੇ, ਤੇ ਅੱਜ ਹੀ ਕੱਟ ਰਹੇ ਤੇ ਅੱਜ ਹੀ ਭਰੇ ਜਾਣਾ ਮਾਲ, ਵੇਖੋ ਮੇਰਾ। ਤੁਸੀਂ ਇੱਕ ਗਲਤ ਚੀਜ਼ ਨੂੰ ਵਰਗਲਾਓ ਨਾ, ਸਮੇਂ ਨੂੰ ਵਰਗਲਾਓ ਨਾ। ਇਹਦੇ ਕੋਲ ਕਿਸਾਨ ਹੈ ਹਜੇ ਤਾਂ ਝੋਨਾ ਕੇ ਖੜਿਆ, ਇਹ ਕਹਿ ਰਿਹਾ ਮੇਰਾ ਅੱਜ ਵਿਕ ਜਾਣਾ, ਕਿਉਂਕਿ ਮੋਇਸਚਰ ਹੈ ਜੋ ਨਮੀ ਦੀ ਮਾਤਰਾ ਉਹ 17% ਇੱਕ ਨਹੀਂ ਬਹੁਤ ਚੰਗੀ ਗੱਲ ਹੈਗੀ ਹੈ। ਅਸੀਂ ਕਿਸਾਨ ਦੀ ਖੁਦ ਵਧੀਆ ਗੱਲ ਹੈਗੀ ਹੈ, ਉਹਦੀ ਕਿਸਮਤ ਹੈਗੀ ਹੈ। ਤੁਹਾਡਾ ਝੋਨਾ ਚੱਕਿਆ ਗਿਆ ਜੀ ਕੀ ਇੱਥੇ ਖੜੇ? 3 ਦਿਨ ਹੋ ਗਏ ਜਸਪਾਲ ਸਿੰਘ ਆੜ੍ਹਤੀ, ਕਹਿੰਦੇ ਫੋਨ ਨਹੀਂ ਚੱਕ ਰਹੇ, ਤੁਸੀਂ ਫੋਨ ਮਿਲਾਓਗੇ ਸਾਡੇ ਸਾਹਮਣੇ ਉਹਨਾਂ ਨੂੰ? ਤੁਸੀਂ ਫੋਨ ਮਿਲਾ ਸਕਦੇ? ਜੈਨ ਸਾਹਿਬ ਦੀ ਸਿਟੀ ਹੋ ਗਈ ਹੈ, ਤੁਸੀਂ ਕਹਿ ਰਹੇ ਹੋ ਕਿ ਸਾਡਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਆੜ੍ਹਤੀ ਦੀ ਜ਼ਰੂਰਤ ਨਹੀਂ ਹੈ ਮੈਨੂੰ, ਮੈਂ ਇੰਸਪੈਕਟਰ ਦੇ ਨਾਲ ਹੋ ਗਿਆ, ਅਗਰ ਤੇਰੀ ਸਹੀ ਮਾਪਦੰਡਾਂ 'ਚ ਹੋ ਰਹੀ ਹੈ ਕੋਲੇ ਖੜ ਕੇ। ਤੁਸੀਂ ਵਿਸ਼ਵਾਸ ਦਿਵਾਉਂਦੇ ਹੋ ਚੈਨਲ ਦੇ ਮੂਹਰੇ ਕਿਸਾਨ ਖੜੇ ਹੈਗੇ ਕਿ ਇਹਨਾਂ ਦੀ ਇਹਨਾਂ ਦੀ ਮੋਇਸਚਰ ਨਹੀਂ ਹੈ, ਨਮੀ ਸਭ ਕੁਝ ਠੀਕ ਹੈਗਾ? ਹਾਂ, ਅੱਜ ਦੇ ਵਿੱਚ ਚੁੱਕਿਆ ਜਾਊਗਾ, ਮਾਪਦੰਡ ਸਹੀ ਹੈ। ਤੁਹਾਨੂੰ ਲੱਗਦਾ ਕਿ ਮਾਪਦੰਡ ਸਾਰੇ ਸਹੀ ਹੈਗੇ? ਹਾਂਜੀ ਬਿਲਕੁਲ ਸਹੀ ਹੈ, ਚੈੱਕ ਕਰ ਲਓ। ਤੁਸੀਂ ਫੋਨ ਮਾਰ ਸਕਦੇ ਹੈਗੇ ਜਿਹੜੇ ਜਸਪਾਲ ਆੜ੍ਹਤੀ ਨੂੰ ਕਹਿ ਰਹੇ ਹੈਗੇ? ਗਗਨ, ਤੁਸੀਂ ਜਾ ਕੇ ਮਸ਼ੀਨ ਨਾਲ ਚੈੱਕ ਕਰਵਾ ਸਕਦੇ ਹੋ ਤਾਂ ਕਿ ਪੂਰਾ ਪੰਜਾਬ ਤੁਹਾਨੂੰ ਵੇਖ ਰਿਹਾ ਹੈ, ਮਸ਼ੀਨ ਦੇ ਨਾਲ ਹੁਣੇ ਚੈੱਕ ਕਰਵਾ ਦਿਓ। ਗਗਨ, ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ ਕਿ ਆਪਾਂ ਮੋਇਸਚਰ ਚੈੱਕ ਕਰਦੇ ਹਾਂ ਲਾਈਵ? ਹੁਣੇ ਚੈੱਕ ਕਰ ਸਕਦੇ ਹਾਂ ਤਾਂ ਦੇਖ ਲਾਂਗੇ, ਤੁਹਾਡੇ ਕੋਲ ਮੰਗਾ ਸਕਦੇ ਹੈਗੇ ਤੁਸੀਂ ਇੱਥੇ? ਕੰਸਰਨਡ ਇੰਸਪੈਕਟਰ ਕੋਲ ਵੀ ਨਹੀਂ ਹੈ? ਹਾਂਜੀ, ਹੁਣ ਇੰਸਪੈਕਟਰ ਦੀ ਗੱਲ ਆੜ੍ਹਤੀ ਕੋਲ ਵੀ ਹੁੰਦੀ ਹੈ, ਦੁਕਾਨਦਾਰ ਕੋਲ ਵੀ ਆੜ੍ਹਤੀ ਕੋਲ ਵੀ ਹੁੰਦੀ ਹੈ, ਤੁਸੀਂ ਕਿਸ ਤੋਂ ਮੰਗਾ ਸਕਦੇ ਹੈਗੇ ਹੋ? ਇਹਨਾਂ ਦੀ ਮਸ਼ੀਨ ਚੈੱਕ ਕਰ ਲੈਣੀ ਹੈ, ਤੁਹਾਡੇ ਕਿੱਥੇ ਵਿਆਹ ਕਿੱਥੇ ਹੈਗੀ ਹੈ ਜੀ? ਤੁਹਾਡੀ ਕਿੱਥੇ ਫਸਲ ਕਿੱਥੇ ਲਾਈ ਇਹਨਾਂ ਨੇ? ਕੀ ਤੁਸੀਂ ਢੇਰੀ ਲੈ ਕੇ ਆ ਸਕਦੇ ਹੈਗੇ ਉੱਪਰ ਕੁਛ ਬੁੱਕ ਭਰ ਕੇ ਉੱਥੋਂ ਦੀ? ਤਾਂ ਢੇਰੀ ਦੇ ਕੋਲ ਅਸੀਂ ਜਾ ਕੇ ਦੇਖਦੇ ਹੈਗੇ ਕਿੰਨਾ ਮੋਇਸਚਰ ਹੈਗਾ, ਕਿ ਉੱਥੇ ਮੋਇਸਚਰ ਜੇ ਸਸਟੇਨੇਬਲ ਹੈ ਤਾਂ
ਕੀ ਉਸ ਦੇ ਵਿੱਚੋਂ ਚੱਕਿਆ ਜਾ ਰਿਹਾ ਕਿ ਨਹੀਂ ਚੱਕਿਆ ਜਾ ਰਿਹਾ? ਵੈਸੇ ਦੇਖਣ ਦੇ ਵਿੱਚ ਆਹ ਤੁਸੀਂ ਵੇਖ ਸਕਦੇ ਹੈਗੇ ਆ ਢੇਰੀ ਪਈ ਹੈਗੀ ਹੈ। ਤੁਸੀਂ ਜੇ ਪ੍ਰਧਾਨ ਹੈਗੇ ਹੋ ਤਾਂ ਤੁਹਾਡੀ ਤੁਹਾਡਾ ਫਰਜ਼ ਬਣਦਾ ਕਿ ਕਿਸਾਨ ਦਾ ਦੁੱਖ ਦਰਦ ਤੁਹਾਨੂੰ ਸਮਝਣਾ ਚਾਹੀਦਾ। ਤੁਸੀਂ ਇੱਥੇ ਕਿਸਾਨਾਂ ਨੂੰ ਘਰੇ ਫਟਾਫਟ ਭੇਜੋ ਤਾਂ ਕਿ ਉਹ ਵੀ ਆਪਣੀ ਸਿਆਸਤ ਨਾ ਕਰਨ, ਇੱਕ ਦੋ ਬੰਦੇ ਆਪਣੇ ਖੜੇ ਕਰਕੇ ਪੂਰੇ ਪੰਜਾਬ ਨੂੰ ਪ੍ਰਗਲਾਣ ਨਾ ਝੂਠਣਾ ਬੋਲਣ। ਮੈਂ ਕਹਿੰਦਾ ਕਿ ਪੰਜਾਬ ਦੇਖ ਰਿਹਾ, ਜੈਨ ਸਾਹਿਬ ਪੰਜਾਬ ਪੂਰਾ ਦੇਖ ਰਿਹਾ। ਤੁਸੀਂ ਮਸ਼ੀਨ ਮੰਗਾ ਲਓ, ਮਸ਼ੀਨ ਮੰਗਾ ਲਓ, ਇਹਦਾ ਮੋਇਸਚਰ ਚੈੱਕ ਕਰ ਲੈਂਦੇ ਆ। ਜੈਨ ਸਾਹਿਬ ਦੁਕਾਨਾਂ ਦੇ ਉੱਤੇ ਮਸ਼ੀਨਾਂ ਪਈਆਂ ਹੁੰਦੀਆਂ, ਹਰ ਦੁਕਾਨ ਦੇ ਉੱਤੇ, ਹਰ ਦੁਕਾਨ ਦੇ ਉੱਤੇ। ਤੁਸੀਂ ਇੰਸਪੈਕਟਰ ਨੂੰ ਬੁਲਾਓ ਉਰੇ, ਜੈਨ ਸਾਹਿਬ ਤੁਸੀਂ ਇੰਸਪੈਕਟਰ ਨੂੰ ਉਰੇ ਬੁਲਾ ਲਓ ਜੀ। ਲਿਫਟਿੰਗ ਸਹੀ ਹੈਗੀ ਹੈ, ਪਰ ਜਿਹੜੇ ਆਹ ਤਿੰਨ ਤੋਂ ਬੈਠੇ ਹੋਏ ਨੇ, ਤੁਸੀਂ ਸਿਰਫ ਉਹਨਾਂ ਦੀ ਉਦਾਹਰਨ ਦਿੱਤੀ। ਮੈਂ ਉੱਥੇ ਗੱਲ ਕਰਕੇ ਆਇਆ, ਕਿਸਾਨ ਉੱਥੇ ਪਰੇਸ਼ਾਨ ਹੋ ਰਹੇ ਨੇ, ਤਿੰਨ ਦਿਨ ਤੋਂ ਕਿਸਾਨ ਬੈਠਾ ਉੱਥੇ, ਹੁਣ ਤਾਂ ਕਿਸੇ ਨੇ ਨਹੀਂ ਦੇਖਿਆ। ਹੁਣ ਜਦੋਂ ਅਸੀਂ ਗੱਲ ਕੀਤੀ ਤਾਂ ਕਹਿੰਦੇ ਹੁਣ ਦੇਖਾਂਗੇ। ਬਲੀਆਵਾਲ ਸਾਹਿਬ ਜੁੜ ਗਏ ਨੇ, ਕਾਂਗਰਸ ਪਾਰਟੀ ਦੇ ਲੀਡਰ ਨੇ, ਸੀਨੀਅਰ ਲੀਡਰ ਨੇ। ਬਲੀਆਵਾਲ ਸਾਹਿਬ, ਤੁਸੀਂ ਦੇਖਿਆ ਬਨੂੜ ਦੀ ਮੰਡੀ ਦੇ ਵਿੱਚ ਕਿਸ ਤਰੀਕੇ ਨਾਲ ਧੋਖਾ ਹੋ ਰਿਹਾ? ਲਾਲ ਸਿੰਘ ਨੂੰ ਬਣਾਤਾ ਤੁਸੀਂ ਚੇਅਰਮੈਨ, ਲਾਲ ਸਿੰਘ ਦੇ ਕਿੱਥੇ ਬੈਠੇ ਲਾਲ ਹੋਈ ਜਾਂਦੇ ਨੇ, ਪਤਾ ਨਹੀਂ ਚੱਲ ਰਿਹਾ ਉਹਨਾਂ ਦਾ। ਭਾਰਤੀ ਐਸੋਸੀਏਸ਼ਨ ਦੇ ਪ੍ਰਧਾਨ ਜੈਨ ਸਾਹਿਬ ਸਾਡੇ ਤੋਂ ਲੰਘ ਹੀ ਬਾਕੀ ਸਾਰੇ ਕਿਸਾਨ ਗਿੱਲਾ ਲੈ ਕੇ ਆ ਗਏ। ਚੱਕਿਆ ਗਿਆ ਤੁਹਾਡਾ ਮਾਲ ਚੱਕਿਆ ਗਿਆ ਕਿ ਨਹੀਂ ਚੱਕਿਆ ਗਿਆ ਜੀ? ਹੈ ਚੱਕਿਆ ਨਹੀਂ ਗਿਆ, ਇਹਨਾਂ ਦਾ ਮਾਲ ਵੀ ਨਹੀਂ ਚੱਕਿਆ ਗਿਆ। ਤਾਂ ਇਹ ਇੱਕ ਕਿਸਾਨ ਨੂੰ ਇੱਕ ਉਦਾਹਰਨ ਦੇ ਕੇ ਇੱਥੋਂ ਦੀ ਭਾਰਤੀ ਐਸੋਸੀਏਸ਼ਨ ਜਿਹੜਾ ਹੈਗਾ ਆ ਉਹ ਭੱਜਦਾ ਹੋਇਆ ਨਜ਼ਰ ਆ ਰਿਹਾ। ਉਹ ਕਹਿ ਰਹੇ ਕਿ ਇੱਕ ਕਿਸਾਨ ਦੀ ਜੇ ਚੱਕੀ ਗਈ ਤਾਂ ਸਭ ਦੀ ਵੀ ਚੱਕੀ ਜਾਊਗੀ, ਪਰ ਆਹ ਕਿਸਾਨ ਜਿਹੜੇ ਇੱਥੇ ਨਜ਼ਰ ਆ ਰਹੇ ਸਾਨੂੰ, ਇਹਨਾਂ ਦੀ ਕਿਸੇ ਦੀ ਵੀ ਕੋਈ ਵੀ ਇੱਥੇ ਸੁਣਵਾਈ ਨਹੀਂ ਹੋ ਰਹੀ। ਕਿਸਾਨ ਰੁਲਦਾ ਪਿਆ, ਕਿਸਾਨ ਮੰਡੀਆਂ ਦੇ ਵਿੱਚ ਰੁਲਦਾ ਪਿਆ ਨਜ਼ਰ ਆ ਰਿਹਾ। ਸਰਕਾਰ ਦਾਅਵੇ ਕਰਦੀ ਪਈ ਹੈ ਪਰ ਉਹ ਦਾਅਵੇ ਸਾਰੇ ਹੀ ਖੋਖਲੇ ਨਜ਼ਰ ਆ ਰਹੇ ਨੇ। ਗਗਨ, ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ, ਤੁਸੀਂ ਸੱਚਾਈ ਜਿਹੜੀ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ ਦਿਖਾਈ, ਸਰਕਾਰ ਦੇ ਕੰਨਾਂ ਤੱਕ ਪਹੁੰਚਾਈ, ਪਰ ਵੱਡਾ ਸਵਾਲ ਇਹ ਹੈ, ਸਰਕਾਰ ਦਾਅਵੇ ਕਰਦੀ ਹੈ ਪਾਣੀ ਪੀਣ ਦਾ ਪ੍ਰਬੰਧ ਹੈਗਾ, ਛਾਂ 'ਚ ਬੈਠਣ ਦਾ ਪ੍ਰਬੰਧ ਹੈਗਾ, ਪ੍ਰੋਪਰ ਲਿਫਟਿੰਗ ਹੋ ਰਹੀ ਹੈ, ਮਸ਼ੀਨਾਂ ਉੱਥੇ ਹੈਗੀਆਂ, ਕੰਡੇ ਉੱਥੇ ਪੂਰੀ ਤਰ੍ਹਾਂ ਲੱਗੇ ਹੋਏ ਨੇ, ਕਿ ਇਹ ਸਾਰੇ ਇੰਤਜ਼ਾਮਾਤ ਹੈਗੇ ਆ, ਕਿ ਇਹ ਮੁਕੰਮਲ ਹੈ?
ਇੱਕ ਕਿਸਾਨ ਨੂੰ ਸਿਰਫ ਇੱਕ ਆੜਤੀਆ ਖੜਾ ਕਰ ਲੈਂਦਾ, ਮੇਰਾ ਕਿਰਪਾ ਸਵਾਲ ਲੈ ਲਓ, ਇੱਕ ਕਿਸਾਨ ਨੂੰ ਇੱਕ ਆੜਤੀਆ ਖੜਾ ਕਰ ਲੈਂਦਾ ਅਤੇ ਵਰਗਲਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸਦਾ ਮਾਲ ਚੁੱਕਿਆ ਗਿਆ, ਪੂਰੀ ਮੰਡੀ 'ਚ ਸਾਰੇ ਕਿਸਾਨ ਦੋ ਦੋ ਤਿੰਨ ਦਿਨ ਹੋ ਗਏ ਲਗਾਤਾਰ ਉੱਥੇ ਬੈਠੇ ਹੋਏ ਆ, ਇਸ ਦਾ ਜਵਾਬ ਕਿਉਂ ਨਹੀਂ ਉਹਨਾਂ ਦੇ ਕੋਲੋਂ? ਬਿਲਕੁਲ ਗੌਰਵ, ਜਵਾਬ ਉਹਨਾਂ ਦੇ ਕੋਲ ਹੈਗਾ ਹੀ ਨਹੀਂ, ਇਸੇ ਕਰਕੇ ਉਹ ਇੱਥੋਂ ਦੀ ਭੱਜ ਗਏ, ਇੱਥੋਂ ਦੀ ਪਾਸਾ ਵੜ ਕੇ ਲੰਘ ਗਏ। ਕਿਸਾਨਾਂ ਦੇ ਨਾਲ ਅਸੀਂ ਖੜੇ ਹੋਏ ਹਾਂ, ਪੀਣ ਦੇ ਲਈ ਪ੍ਰਬੰਧ ਹੈਗੇ ਆ, ਕੰਡੇ ਇੱਥੇ ਹੈਗੇ ਨੇ, ਤੁਹਾਨੂੰ ਬੈਠਣ ਦੇ ਲਈ ਕੋਈ ਇੱਥੇ ਸ਼ੈੱਡ ਸ਼ੁੱਡ ਪ੍ਰੋਵਾਈਡ ਕੀਤਾ ਗਿਆ ਕਿ ਕਿਸਾਨ ਬਸ ਰੂਲ ਹੀ ਰਿਹਾ ਹੈਗਾ ਜੀ? ਉਰੇ ਬੈਠਣ ਕੋਈ ਹਈਓ ਨਹੀਂ, ਬੋਰੀਆਂ ਉਰੇ ਬੈਠਦੇ, ਬਸ ਕੱਪੜੇ ਲਿਬੜਦੇ ਆਪਣੇ, ਜਿਵੇਂ ਉਹਨਾਂ ਨੂੰ ਕੌਣ ਪੁੱਛਦਾ ਪਾਣੀ ਕਿੱਥੋਂ ਪੀਂਦੇ ਹੈਗੇ? ਪਾਣੀ ਤੋਂ ਐਂ ਪੀ ਲੈ, ਉਹ ਕੂਲਰ ਦੇ ਪੀ ਲੈ, ਕਦੀ ਕਿਤੇ ਲੋ ਪਾਣੀ ਪੀਣ ਲਈ ਗੁਰਦੁਆਰੇ ਜਾਂਦੇ ਆ। ਫਲੈਸਾਂ ਦਾ ਵੀ ਬੁਰਾ ਹਾਲ ਹੈ, ਪਾਣੀ ਪੂਣੀ 'ਚ ਵੀ ਸਹੀ ਸਹੂਲਤ ਨਹੀਂ। ਪਾਣੀ ਤਾਂ ਕੀ ਮਿਲਣਾ ਇੱਥੋਂ ਦੀ, ਜੇ ਬੰਦੇ ਨੇ ਕਿਸੇ ਨੇ ਬਾਥਰੂਮ ਜਾਣਾ ਤਾਂ ਬਾਥਰੂਮ ਵੀ ਨਹੀਂ ਹੈਗਾ, ਕੀ ਸਥਿਤੀ, ਕਿ ਕੰਡੇ ਕੁੰਡੇ ਇੱਥੇ ਸਹੀ ਹੈਗੇ ਨੇ ਕਿ ਨਹੀਂ? ਸਾਨੂੰ ਜ਼ਿੰਮੀਦਾਰਾਂ ਨੂੰ ਕੋਈ ਜਾਣਕਾਰੀ ਨਹੀਂ, ਪਰ ਅਸੀਂ ਅਣਜਾਣ ਇਨ ਜਾਣਕਾਰੀਆਂ ਤੋਂ। ਤਾਂ ਜ਼ਿੰਮੀਦਾਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇੱਥੋਂ ਦੀ ਪਾਣੀ ਮਿਲਣਾ, ਇੱਥੇ ਬੈਠਣਾ, ਇੱਥੇ ਕੰਡਾ? ਤਾਂ ਜੇ ਫਰਜ਼ ਬਣਦੇ ਹੁੰਦੇ ਨੇ, ਜੇ ਕਿਸਾਨ ਇੱਥੇ ਪਹੁੰਚਦਾ ਹੈਗਾ ਤਾਂ ਉਹਨਾਂ ਨੂੰ ਜਿਹੜੇ ਫਰਜ਼ ਬਣਦੇ ਨੇ ਇਹਨਾਂ ਆੜਤੀਆਂ ਦੇ, ਇਹਨਾਂ ਪ੍ਰਸ਼ਾਸਨਿਕ ਦੇ ਲੋਕਾਂ ਦੇ, ਉਹਨਾਂ ਦੇ ਵੱਲੋਂ ਕੋਈ ਵੀ ਫਰਜ਼ ਨਿਭਾਇਆ ਨਹੀਂ ਜਾ ਰਿਹਾ, ਕਿਸਾਨ ਰੁਲਦਾ ਹੋਇਆ ਹੀ ਸਿਰਫ ਨਜ਼ਰ ਆ ਰਿਹਾ ਇੱਥੇ। ਕਿਸਾਨ ਦੀ ਇਹ ਬਦਕਿਸਮਤੀ ਹੈ ਕਿ ਪਹਿਲਾਂ ਕਦੀ ਉਸਨੂੰ ਮਾਰ ਪੈ ਜਾਂਦੀ ਹੈ ਮੌਸਮ ਦੀ, ਕਦੀ ਉਸਨੂੰ ਕੀੜਾ ਦੀ ਦਵਾਈ ਜਿਹੜੀ ਹੈਗੀ ਆ ਉਹਦੀ ਮਾਰ ਪੈ ਜਾਂਦੀ ਹੈ, ਅਤੇ ਜਦੋਂ ਉਹਦੀ ਫਸਲ ਕਦੀ ਵਧੀਆ ਹੋ ਜਾਵੇ ਤਾਂ ਫਿਰ ਉਹਨੂੰ ਇੱਥੇ ਮੰਡੀ ਦੀ ਮਾਰ ਵੀ ਜਿਹੜੀ ਆ ਉਹ ਸਹਿਣੀ ਪੈਂਦੀ ਹੈ। ਇਹ ਕਿਸਾਨ ਦੀ ਬਦਕਿਸਮਤੀ ਹੈਗੀ ਹੈ ਜਿਹੜੀ ਕਿ ਅੱਜ ਪੰਜਾਬ ਦੇ ਵਿੱਚ ਇਹ ਮੰਡੀਆਂ ਦੇ ਵਿੱਚ ਬਿਆਨ ਕਰਦੀ ਪਈ ਹੈ। ਜੀ ਗੌਰਵ। ਗਗਨ, ਬਹੁਤ ਬਹੁਤ ਧੰਨਵਾਦ, ਤੁਸੀਂ ਲੋਕਾਂ ਤੱਕ ਸੱਚਾਈ ਪਹੁੰਚਾਈ, ਸਰਕਾਰ ਦੀਆਂ ਅੱਖਾਂ ਖੋਲੀਆਂ, ਅਤੇ ਝੂਠ ਜਿਹੜਾ ਹੈਗਾ ਤੁਸੀਂ ਫੜ ਲਿਆ, ਤੁਸੀਂ ਖੁਦ ਜਾ ਕੇ ਇੰਡੀਆ ਨਿਊਜ਼ ਦੀ ਟੀਮ ਨੇ ਜਾ ਕੇ ਮੌਕੇ 'ਤੇ ਝੂਠ ਫੜਿਆ। ਕਿਸਾਨ ਦੋ ਤੋਂ ਤਿੰਨ ਦਿਨ ਲਗਾਤਾਰ ਮੰਡੀਆਂ 'ਚ ਬੈਠੇ ਨੇ, ਖੱਜਲ ਖੁਆਰ ਹੋ ਰਹੇ ਨੇ, ਪੀਣ ਲਈ ਪਾਣੀ ਨਹੀਂ ਹੈਗਾ, ਜਾਣ ਨੂੰ ਵਾਸ਼ਰੂਮ ਨਹੀਂ ਹੈਗਾ, ਛਾਂ ਉਹਨਾਂ ਦੇ ਕੋਲ ਨਹੀਂ ਹੈਗੀ ਹੈ, ਗੁਰਦੁਆਰਾ ਜਾ ਕੇ ਪਾਣੀ ਪੀਣ ਨੂੰ ਮਜਬੂਰ ਨੇ, ਫਿਰ ਵੀ ਦਾਅਵੇ ਪੂਰੇ ਨੇ, ਚਰਚਾ ਲਗਾਤਾਰ ਕਰ ਰਹੇ ਹਾਂ। ਬਲੀਏਵਾਲ ਸਾਹਿਬ, ਸੁਣ ਲਿਆ ਤੁਸੀਂ ਕਿਸਾਨਾਂ ਦਾ ਦਰਦ, ਜਵਾਬ ਹੈਗਾ ਤੁਹਾਡੇ ਕੋਲੋਂ? ਦੇਖੋ ਗੌਰਵ ਜੀ, ਮੈਨੂੰ ਵੀਡੀਓ ਤਾਂ ਮੈਂ ਦੇਖੀ ਨਹੀਂ ਹੈਗੀ, ਮੈਂ ਕਿਤੇ ਬਾਹਰ ਹਾਂ, ਬਟ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਉਹਦੇ 'ਚ ਕਿਤੇ ਨਾ ਕੋਈ ਕਿਤੇ ਮੈਂ ਮੰਨ ਲੈਂਦਾ ਕਿਤੇ ਗਲਤੀ ਗੁਲਤੀ ਹੋਈ ਹੋਣੀ ਹੈ ਥੋੜ੍ਹੀ ਬਹੁਤੀ, ਪਰ ਹੁਣ ਤੱਕ 5,54,470 ਮੈਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਆਂਕੜੇ ਵੀ ਦੇ ਦਿੰਦਾ ਨਾਲ, ਆਂਕੜੇ ਬਾਅਦ 'ਚ ਦੇ ਦੇਣਾ, ਆਂਕੜੇ ਦੀ ਗੱਲ ਨਹੀਂ ਹੋ ਰਹੀ, ਗੱਲ ਤਕਲੀਫਾਂ ਦੀ ਹੋ ਰਹੀ ਜਿਹੜੇ ਕਿਸਾਨਾਂ ਨੂੰ ਆ ਰਹੀਆਂ। ਵੈਸੇ ਕਿਹਾ ਜਾਂਦਾ ਕਿ ਕਾਂਗਰਸ ਦੀ ਸਰਕਾਰ ਹੈ ਜੀ, ਦਾਣਾ ਦਾਣਾ ਚੁੱਕਾਂਗੇ, ਆ ਦੇਖ ਲਓ ਤੁਸੀਂ 3 ਦਿਨ ਤੋਂ ਬੈਠੇ ਆ, ਦਾਣੇ ਸਾਰੇ ਹੀ ਪਏ ਆ, ਸੜਕਾਂ 'ਤੇ ਢੇਰੀਆਂ ਲੱਗੀਆਂ ਨੇ, ਅਜਿਹੇ ਤਰੀਕੇ ਨਾਲ ਦਾਣੇ ਚੁੱਕਦੇ ਹਾਂ ਆਪਾਂ? ਗੌਰਵ ਜੀ, ਗੱਲ ਇਹ ਹੈ ਕਿ ਜਿਹੜਾ 5.5 ਲੱਖ ਮੈਟ੍ਰਿਕ ਟਨ ਝੋਨਾ ਚੱਕਿਆ ਗਿਆ ਉਹ ਵੀ ਕਿਸਾਨਾਂ ਦਾ ਹੀ ਸੀ, ਇਸੇ ਕਰਕੇ ਚੱਕਿਆ ਗਿਆ ਕਿ ਸਰਕਾਰ ਦੀ ਪ੍ਰਣਾਲੀ ਠੀਕ ਹੈ, 1 ਤੋਂ 2 ਦਿਨ ਦੇ ਵਿੱਚ ਹੁੰਦੀ ਹੈ, ਲੱਗਦੇ ਆ, ਫਿਰ ਰੂਟੀਨ ਮੈਟਰ ਆ ਕਿਸ ਮੰਡੀਆਂ ਦਾ, 2 ਤੋਂ 3 ਦਿਨ ਲੱਗ ਜਾਂਦੇ ਆ ਲਿਫਟਿੰਗ ਹੋਣ ਦੇ ਵਿੱਚ ਕਿਤੇ ਹੁੰਦਾ ਝੋਨੇ ਦੇ ਵਿੱਚ। ਓਕੇ, ਬਾਕੀ ਉਸ ਚੀਜ਼ ਨੂੰ ਟਾਈਮਿੰਗ ਲੱਗਦੀ ਲੱਗਦੀ, ਇਹ ਤਾਂ ਹੈ ਨਹੀਂ ਕਿ ਕਿਸਾਨ ਨੇ ਆ, ਠੀਕ ਹੈ ਠੀਕ ਹੈ, ਤੁਸੀਂ ਕਹਿ ਰਹੇ 2 ਤੋਂ 3 ਦਿਨ ਆਹ ਮੈਂ ਕਿਸਾਨ ਬੈਠਾ ਰਹੇਗਾ, ਉਸਨੂੰ ਤੁਸੀਂ ਪਾਣੀ ਪੀਣ ਲਈ ਦੋਗੇ ਨਹੀਂ, ਸੁਣ ਲਓ ਕਿਰਪਾ, ਪਾਣੀ ਪੀਣ ਲਈ ਦੋਗੇ ਨਹੀਂ, ਉਹ ਆਲੇ ਦੁਆਲੇ ਗੁਰਦੁਆਰਾ ਸਾਹਿਬ ਲੱਭੇਗਾ, ਉੱਥੇ ਜਾ ਕੇ ਪਾਣੀ ਪੀਏਗਾ, ਲੰਗਰ ਖਾਏਗਾ, ਅਤੇ ਉਸ ਤੋਂ ਬਾਅਦ ਉਸਨੂੰ ਬੈਠਣ ਦੀ ਕੋਈ ਥਾਂ ਨਹੀਂ ਹੈ, ਬੋਰੀਆਂ ਦੇ ਉੱਪਰ ਬੈਠਣ ਨੂੰ ਉਹ ਮਜਬੂਰ ਹੈਗਾ, ਥਾਂ ਉਹਦੇ ਕੋਲ ਨਹੀਂ ਹੈਗੀ ਹੈ। ਇਹ ਇੰਤਜ਼ਾਮ ਨੇ 2,850 ਕਰੋੜ ਰੁਪਇਆ ਲਾਲ ਸਿੰਘ ਜੀ ਲੈ ਕੇ ਬੈਠ ਜਾਂਦੇ ਨੇ, ਕਿਹੜੇ 2 ਨੰਬਰੀ ਕੰਮ 'ਚ ਇਸਤੇਮਾਲ ਹੁੰਦੇ ਨੇ। ਜਗਤਾਰ ਜੀ, ਤੁਸੀਂ ਇਤਫਾਕ ਰੱਖਦੇ ਹੋ ਬਲੀਏਵਾਲ ਸਾਹਿਬ ਜੋ ਕਹਿ ਰਹੇ ਨੇ, ਲਾਲ ਸਿੰਘ ਦੀ ਕਾਰਗੁਜ਼ਾਰੀ ਦੇ ਸਵਾਲ ਖੜੇ ਹੋ ਰਹੇ ਹੈ, ਮੰਡੀ ਬੋਰਡ ਦੇ ਚੇਅਰਮੈਨ ਬਣਾ ਦਿੱਤਾ ਸਿਆਸੀ ਬੰਦੇ ਨੂੰ, ਕੀ ਕੰਮ ਕੀਤਾ ਉਹਨਾਂ ਨੇ? ਗੌਰਵ ਜੀ, ਜਿਹੜਾ ਪ੍ਰਿਤਪਾਲ ਜੀ ਨੇ ਕਿਹਾ ਵੀ 2-3 ਦਿਨ ਲੱਗਦੇ ਨੇ, ਮੈਨੂੰ ਲੱਗਦਾ ਵੀ ਏਦਾਂ ਦੀ ਕੋਈ ਗੱਲ ਨਹੀਂ, ਕੋਈ 2-3 ਦਿਨ ਨਹੀਂ ਲੱਗਦੇ ਹੈਗੇ। ਕਿਸਾਨ
ਮੰਡੀ ਜਾਂਦਾ, ਜੇ ਸਰਕਾਰ ਦੀ ਨੀਅਤ ਸਾਫ ਹੋਵੇ, ਸਰਕਾਰ ਦਾ ਉੱਥੇ ਸਿਸਟਮ ਸਹੀ ਹੋਵੇ, ਸਰਕਾਰ ਨੇ ਸਹੀ ਇੰਤਜ਼ਾਮ ਕੀਤੇ ਹੋਣ, ਤਾਂ ਮੈਂ ਨਹੀਂ ਸਮਝਦਾ ਵੀ 2-3 ਦਿਨ ਲੱਗਦੇ ਨੇ। ਜੇ ਸਰਕਾਰ ਦੀਆਂ ਉੱਥੇ ਜਿਹੜੀਆਂ ਆਪਣੇ ਇੰਤਜ਼ਾਮ ਨੇ ਉਹ ਸਹੀ ਨਾ ਹੋਣ, ਜੇ ਕਿਸਾਨਾਂ ਵਾਸਤੇ ਉੱਥੇ ਆੜ੍ਹਤੀਆਂ ਦੇ ਉੱਤੇ ਜਾਂ ਜਿਹੜੇ ਮੰਡੀ ਬੋਰਡ ਦੇ ਅਧਿਕਾਰੀ ਦੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਆਪਣਾ ਫਰਮਾਨ ਸਖਤੀ ਨਾਲ ਲਾਗੂ ਨਾ ਕੀਤਾ ਹੋਵੇ, ਤਾਂ ਮੈਂ ਨਹੀਂ ਸਮਝਦਾ ਵੀ ਉੱਥੇ 2-3 ਦਿਨ ਲੱਗਣਗੇ। ਬੜੀ ਮਾੜੀ ਗੱਲ ਹੈ ਕਿ ਅੱਜ ਦੀ ਡੇਟ ਦੇ ਵਿੱਚ ਗੌਰਵ ਜੀ ਕਿਸਾਨਾਂ ਦੀ ਬੜੀ ਲੁੱਟ ਖਸੁੱਟ ਹੋ ਰਹੀ ਹੈ ਮੰਡੀਆਂ ਦੇ ਵਿੱਚ, ਬੜੇ ਬੜੇ ਢੇਰ ਲੱਗੇ ਹੋਏ ਨੇ। ਪ੍ਰਿਤਪਾਲ ਜੀ ਨੇ ਜਿਹੜੀ ਗੱਲ ਕੀਤੀ ਹੈ, ਮੈਂ ਕਹਿੰਦਾ ਪ੍ਰਿਤਪਾਲ ਜੀ ਨੂੰ ਵੀ ਤੁਸੀਂ ਆਓ, ਆਪਾਂ ਮੰਡੀਆਂ ਦੇ ਵਿੱਚ ਚੱਲਦੇ ਹੈ, ਇੰਡੀਆ ਨਿਊਜ਼ ਪੰਜਾਬ ਦੀ ਟੀਮ ਵੀ ਨਾਲ ਚੱਲਦੀ ਹੈ, ਮੈਂ ਤੁਹਾਨੂੰ ਦਿਖਾਉਂਦਾ, ਤੁਸੀਂ ਦੇਖੋ ਵੀ ਕਿੰਨਾ ਮਾੜਾ ਹਾਲ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨ ਅੱਜ ਮੰਡੀਆਂ ਦੇ ਵਿੱਚ ਰੁਲ ਰਿਹਾ। ਮੈਨੂੰ ਸਮਝ ਨਹੀਂ ਆਉਂਦੀ, ਪਤਾ ਨਹੀਂ ਕੀ ਗੱਲ ਹੈ ਵੀ ਕੇਂਦਰ ਤੇ ਸੂਬਾ ਸਰਕਾਰ ਕਿਸਾਨ ਨੂੰ ਬਰਬਾਦੀ ਵੱਲ ਧੱਕਣ ਵਾਸਤੇ ਤੁਲੀ ਹੋਈ ਹੈ। ਕਿਸਾਨ ਆਪਣੀ ਪੁੱਤ ਨੂੰ ਜਿਹੜੀ ਫਸਲਾਂ ਵਰਗੀ ਵਰਗੀ ਪੁੱਤ ਹੈ, ਫਸਲ ਹੈ, ਉਹਨੂੰ 6 ਮਹੀਨੇ ਪਾਲਦਾ, ਪਾਲ ਕੇ ਖੇਤਾਂ ਦੇ ਵਿੱਚ ਲੈ ਕੇ ਆਉਂਦਾ, ਇੰਨੀਆਂ ਅੜਚਣਾਂ ਔਕੜਾਂ ਉਹਦੇ ਜੀਵਨ ਵਿੱਚ ਆਉਂਦੀਆਂ ਨੇ ਫਸਲ ਦੇ ਟਾਈਮ ਦੇ ਵਿੱਚ, ਪਰ ਸਰਕਾਰ ਆਪਣੀ ਗਲਤ ਨੀਤੀ ਕਰਕੇ ਆਪਣੇ ਕਿਸਾਨ ਨੂੰ ਬੇਬਸ ਕਰ ਰਹੀ ਹੈ ਵੀ ਉਹ ਲਾਚਾਰੀ ਨਾਲ ਆਪਣੇ ਮਤਲਬ ਆਤਮ ਹੱਤਿਆ ਕਰ ਰਿਹਾ, ਖੁਦਕੁਸ਼ੀਆਂ ਕਰ ਰਿਹਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ। ਆ ਤੁਸੀਂ ਕੱਲ ਦੀ ਘਟਨਾ ਦੇਖ ਲਓ ਮੌੜ ਮੰਡੀ ਦੀ, ਉੱਥੇ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ, ਜਿਹੜਾ ਕਿ ਨਿਰੰਤਰ ਕਾਂਗਰਸ ਦੀ ਸਰਕਾਰ ਬਣਨ ਦੇ ਬਾਵਜੂਦ ਵੀ ਜਾਰੀ ਹੈ। ਉਹਦਾ ਸਭ ਤੋਂ ਵੱਡਾ ਕਾਰਨ ਸੂਬਾ ਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਨੇ, ਜਿਹੜਾ ਕਿਸਾਨ ਅੱਜ ਮੰਡੀਆਂ ਦੇ ਵਿੱਚ ਲੁੜ ਰਿਹਾ ਹੈ। ਜਿਹੜੀ FCI ਦੇ ਗੋਦਾਮ ਨੇ, ਇਹਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਗੋਦਾਮ ਨੇ FCI ਦੇ, ਉਹਨਾਂ ਵਿੱਚ ਉਹਨਾਂ ਨੂੰ ਸਪੇਸ ਨਹੀਂ ਮਿਲੀ ਵੀ ਜਿਹੜਾ ਮੰਡੀਆਂ ਦੇ ਵਿੱਚ ਝੋਨਾ ਹੈ ਉਹ ਗੋਦਾਮਾਂ ਦੇ ਵਿੱਚ ਜਾ ਸਕੇ। ਪਰ ਮਾੜੀ ਗੱਲ, ਦੁੱਖ ਦੀ ਗੱਲ ਗੌਰਵ ਜੀ ਇਹ ਹੈ ਵੀ ਸਾਡੇ ਨਾਲ ਲੱਗਦੇ ਗੁਹਾਟੀ ਸੂਬਾ ਹਰਿਆਣੇ ਦੇ ਵਿੱਚ ਨਿਰੰਤਰ ਚਕਾਈ ਵੀ ਹੋ ਰਹੀ ਹੈ, ਉੱਥੇ ਸਪੇਸ ਵੀ ਮਿਲ ਗਈ ਹੈ ਗੋਦਾਮਾਂ ਨੂੰ। ਹਰਿਆਣੇ ਦੀ ਗੱਲ ਕਰ ਰਹੇ ਮੈਂ, ਸਾਡੇ ਬੋਬੀ ਜੀ ਵਿਤਕਰਾ, ਕੇਂਦਰ ਸਰਕਾਰ ਵਿਤਕਰਾ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ, ਸਾਫ ਤੌਰ ਤੇ ਕਿੱਥੇ ਕਾਂਗਰਸ ਦੀ ਸਰਕਾਰ ਹੈਗੀ ਹੈ, ਨਹੀਂ ਵਿਤਕਰਾ ਕੀਤਾ ਜਾ ਰਿਹਾ, ਭੇਦਭਾਵ ਕੀਤਾ ਜਾ ਰਿਹਾ ਪੰਜਾਬ ਦੇ ਨਾਲ, ਜਵਾਬ ਤੁਹਾਨੂੰ ਦੇਣਾ ਪਏਗਾ ਇਸ ਦੇ ਬਾਰੇ। ਜਾਰੀ ਕੀਤਾ ਸੀ ਕੇਂਦਰ ਚ ਤੁਹਾਡੀ ਹਕੂਮਤ ਹੈਗੀ ਹੈ, ਜਵਾਬ ਦੇਣਾ ਪੈਣਾ। ਜਗਤਾਰ ਜੀ ਇੱਕ ਮਿੰਟ, ਜਗਤਾਰ ਜੀ ਇੱਕ ਮਿੰਟ, ਆਲਰਾਈਟ ਜਗਤਾਰ ਜੀ, ਜਗਤਾਰ ਜੀ ਇੱਕ ਮਿੰਟ, ਜਵਾਬ ਲੈ ਲੈਣੇ ਆਪਾਂ, ਜਵਾਬ ਲੈ ਲੈਣੇ, ਤੁਸੀਂ ਇਲਜ਼ਾਮ ਲਾਇਆ ਆਪਾਂ ਪੁੱਛ ਲੈਣੇ ਆ, FCI ਦੇ ਗੋਦਾਮਾਂ ਦੇ ਵਿੱਚ ਥਾਂ ਕਿਉਂ ਨਹੀਂ ਹੈ, ਤੁਸੀਂ ਪਹਿਲੇ ਮਾਲ ਕਿਉਂ ਨਹੀਂ ਚੁਕਵਾਇਆ ਉੱਥੋਂ, ਆਲਰਾਈਟ ਤੁਸੀਂ ਪਹਿਲੇ ਮਾਲ ਕਿਉਂ ਨਹੀਂ ਚੁਕਵਾਇਆ, ਸਮੇਂ ਸਿਰ ਥਾਂ ਖਾਲੀ ਕਿਉਂ ਨਹੀਂ ਕਰਵਾਈ। ਦੇਖੋ ਬਿਲਕੁਲ ਗਲਤ ਗੱਲ ਹੈ, ਜਿਹੜੀ ਕੇਂਦਰ ਸਰਕਾਰ ਹੈ ਬਿਲਕੁਲ ਸੁਚੇਤ ਹੈ, ਉਹਨਾਂ ਨੇ ਟਾਈਮ ਦੇ ਟਾਈਮ ਆਪਣਾ ਜਿਹੜਾ 26,707 ਕਰੋੜ ਰੁਪਈਆ ਜਿਹੜਾ ਪੈਡੀ ਦੀ ਚੁਕਾਈ ਵਾਸਤੇ ਭੇਜ ਦਿੱਤਾ ਹੋਇਆ, ਆ ਗਿਆ ਪਤਾ ਲੱਗ ਗਿਆ, ਉਹ ਦੇਣਾ ਪੈਣਾ, ਕਿਸਾਨ ਨਹੀਂ ਕੀਤਾ, ਉਹ ਦੇਣਾ ਪੈਣਾ, ਉਹ ਦੇਣਾ ਪੈਂਦਾ ਹੈ, ਅਗਰ ਤੁਸੀਂ ਖਰੀਦ ਕਰਵਾ ਰਹੇ ਹੋ ਤਾਂ ਪੈਸਾ ਦੇਣਾ ਪੈਂਦਾ, CCI ਲਿਮਿਟ ਜਾਰੀ ਕਰਨੀ ਪੈਂਦੀ ਹੈ, ਕੇਂਦਰ ਦੇ ਕਈ ਤੀ ਸਰਕਾਰਾਂ ਚੁੱਕਦੀਆਂ, ਠੀਕ ਹੈ, ਨਵੀਂ ਗੱਲ ਕੋਈ ਨਹੀਂ ਹੈ, ਤੁਸੀਂ ਜਗ੍ਹਾ ਦੀ ਖਾਲੀ ਥਾਂ ਦੀ ਗੱਲ ਦੱਸੋ, ਕਿਉਂ ਨਹੀਂ ਹੋਇਆ, ਥਾਂ ਕਿਉਂ ਨਹੀਂ ਹੈਗੀ ਉੱਥੇ। ਦੇਖੋ ਖਾਲੀ ਜੇ ਇਹ ਕਹਿੰਦੇ ਨੇ ਵੀ ਹਰਿਆਣੇ ਵਾਸਤੇ ਖਾਲੀ ਜਗ੍ਹਾ ਹੈਗੀ ਹੈ, ਤੇ ਜਿਹੜੀ ਆਪਣੇ FCI ਦੇ ਗੋਦਾਮ ਖਾਲੀ ਪਏ ਨੇ ਉਹ ਉਹਨਾਂ ਵਿੱਚ, ਦੇਖੋ ਇਹ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਹੈ, ਦੇਖੋ ਜੇ ਕਿਸੇ ਨੇ ਕੋਈ ਕੰਮ ਹੁੰਦਾ ਪਹਿਲਾਂ ਹੀ ਸੁਚੇਤ ਰਹਿਣਾ ਪੈਂਦਾ ਵੀ ਪੈਟੀਜ਼ ਦਾ ਸੀਜ਼ਨ ਆਉਣ ਵਾਲਾ, ਉਹਦੇ ਵਾਸਤੇ ਸਾਰੀ ਚਾਰਾਜੋਈ ਕਰਨੀ ਹੁੰਦੀ ਹੈ ਪਹਿਲਾਂ ਪੰਜਾਬ ਸਰਕਾਰ ਨੇ,
ਉਹ ਦੇਖੋ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ, ਪਰ ਕੇਂਦਰ ਸਰਕਾਰ ਜਿਹੜੀ ਹੈ ਬਲੀਵਾਲ ਸਾਹਿਬ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ, ਤੁਸੀਂ ਪਹਿਲੇ ਤਿਆਰੀਆਂ ਨਹੀਂ ਕੀਤੀਆਂ, ਠੀਕ ਹੈ। ਬੋਬੀ ਕੰਬੋਜ ਜੀ ਤੁਹਾਡਾ ਸਵਾਲ ਲੈ ਲੈਣ, ਜਗਤਾਰ ਜੀ ਇੱਕ ਮਿੰਟ, ਜਗਤਾਰ ਜੀ ਇੱਕ ਮਿੰਟ, ਸੂਬਾ ਸਰਕਾਰ ਦੀ ਗੱਲ ਨੂੰ ਸੁਣ ਲੈ ਲਈ ਆਪਾਂ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਮੰਡੀਆਂ ਚੋਂ ਲਿਫਟਿੰਗ ਹੋ ਕੇ ਮਾਲ ਜਾਵੇਗਾ ਤੇ ਉੱਥੇ ਸਪੇਸ ਜਿਹੜੀ ਹੈ ਖਾਲੀ ਪਈ ਆ ਉੱਥੇ। ਓਕੇ ਬਲੀਵਾਲ ਜੀ, ਖਾਲੀ ਥਾਂ ਹੈਗੀ ਤੁਹਾਡੇ ਕੋਲੋਂ? ਉਹ ਕਹਿੰਦੇ ਅਸੀਂ ਸਾਡੇ ਤਿਆਰੀਆਂ ਪੂਰੀਆਂ ਹੈਗੀਆਂ। ਦੇਖੋ ਗੱਲ ਇਹ ਹੈ ਕਿ ਜਿਹੜਾ ਡਾਟਾ ਆਇਆ ਵਾ ਉਹਦੇ 'ਚ ਐਫ ਸੀ ਆਈ ਨੇ ਹੁਣ ਤੱਕ 10,400 ਮੈਟ੍ਰਿਕ ਟਨ ਚੱਕੀ ਆ, ਬਾਕੀ ਪੰਜਾਬ ਸਰਕਾਰ ਦੀਆਂ ਏਜੰਸੀਆਂ ਨੇ ਕਣਕ ਝੋਨਾ ਚੱਕਿਆ ਵਾ। ਜਿਹੜੀ ਐਫ ਸੀ ਆਈ ਦੀ ਚੁਕਾਈ ਹੈਗੀ ਆ, ਗਡਾਊਨ ਹਜੇ ਭਰੇ ਹੋਏ ਨੇ, ਪੂਰੀ ਲਿਫਟਿੰਗ ਇਹਨਾਂ ਨੇ ਨਹੀਂ ਕੀਤੀ ਜੋ ਪੈਂਡਿੰਗ ਚੱਲੀ ਆ ਉਹਦਾ, ਅਜੇ ਤਾਂ ਪਿਛਲੇ ਸਾਲ ਵਾਲਾ ਝੋਨਾ ਨਹੀਂ ਇਹਨਾਂ ਤੋਂ ਲਿਫਟ ਹੋਇਆ, ਕਣਕ ਦੀ ਤਾਂ ਬਾਅਦ ਦੀ ਗੱਲ ਹੈ। ਗੱਲ ਦੱਸਿਆ ਕੀ ਆ ਜੀ, ਬੇਸਿਕਲੀ ਗੱਲ ਦੱਸਦਾ, ਹਜੇ ਪਿੱਛੇ 2-3 ਦਿਨ ਹੜਤਾਲ ਵੀ ਚੱਲੀ ਆ ਆੜ ਕੇ ਚੰਦੀ, ਜਿਹਦੇ ਕਰਕੇ ਥੋੜੀ ਜਿਹੀ ਤੰਗੀ ਆਈ ਆ, ਬਟ ਅਕਾਲੀ ਭਾਜਪਾ ਦੇ ਰਾਜ ਦੇ ਵਿੱਚ 20-25 ਦਿਨ ਲੋਕ ਖਰਾਬ ਹੁੰਦੇ ਸੀ, ਹੁਣ ਉਹ ਵਾਲਾ ਟੈਕ ਇੱਕ 2 ਦਿਨ ਤੋਂ ਕਿਲਨ ਵੀ ਹੁੰਦੀ ਆ। ਦੇਖੋ ਇੱਕ ਮੈਟਰ ਦੀ ਗੱਲ ਆ, ਪ੍ਰੈਕਟੀਕਲ ਆਪਾਂ ਗੱਲ ਕਰਕੇ ਚੱਲੀਏ, ਕਈ ਵਾਰ ਕਿਲਾ ਝੋਨਾ ਵੀ ਆਉਂਦਾ, ਮੋਇਸਚਰ ਹੁੰਦਾ ਉਹਦੇ ਵਿੱਚ, ਉਹਨੂੰ ਸੁਕਾਉਣ ਜਿਹੜਾ ਮਾਪਦੰਡ ਆਪਾਂ ਉੱਥੇ ਰੱਖੇ ਹੋਏ ਨੇ ਉਸ ਲੈਵਲ ਤੇ ਨਹੀਂ। ਇੱਥੇ ਥੋੜਾ ਜਿਹਾ ਆਈ ਡਿਸਐਗਰੀ ਵਿਦ ਯੂ ਬਲੀਵਾਲ ਸਾਹਿਬ। ਵੈਸੇ ਤਾਂ ਕਹਿੰਦੇ ਸੀਗੇ ਕਿ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਹੈ, ਸਵੇਰੇ ਕਿਸਾਨ ਆਊਗਾ, ਸ਼ਾਮ ਨੂੰ ਵੇਚ ਕੇ ਵੱਟ ਕੇ ਆਪਣੇ ਘਰ ਕਿਸਾਨ ਜਾਊਗਾ ਖੁਸ਼ੀ ਖੁਸ਼ੀ। ਕਿਹੜਾ ਕਿਸਾਨ ਚੱਲ ਗਿਆ? ਇੱਕ ਜਿਹੜਾ ਸੋ ਕਾਲਡ ਇੱਥੇ ਆੜ੍ਹਤੀਆ ਸਾਹਿਬ ਨੇ ਨਜਾਇਜ਼ ਇੱਕ ਬੰਦਾ ਖੜਾ ਕਰ ਲਿਆ ਕਿਸਾਨ ਬਣਾ ਕੇ, ਅਤੇ ਲੋਕਾਂ ਨੂੰ ਝੂਠ ਪੇਸ਼ ਕਰ ਰਹੇ ਸੀਗੇ, ਝੂਠ ਫੜਿਆ ਗਿਆ ਨਾਲੋਂ ਨਾਲ। ਦੇਖੋ ਅਜੇ ਇਹ ਝੂਠ ਬੋਲਨੇ ਆ, ਮੈਨੂੰ ਨਹੀਂ ਪਤਾ ਕਿਹੜੇ ਆੜ੍ਹਤੀਆਂ ਨੇ ਕੀ ਗੱਲ ਕੀਤੀ ਹੈ, ਮੈਂ ਤੁਹਾਨੂੰ ਇੱਕ ਮੋਇਸਚਰ ਦੀ ਗੱਲ ਦੱਸਦਾ ਜੀ, ਰੂਟੀਨ ਮੈਟਰ ਇਨ ਪ੍ਰੈਕਟੀਕਲ ਆ, ਜੇ ਆਪਾਂ ਉਸਦੀ ਤਲਾਈ ਕਰਾਂਗੇ ਤਾਂ ਕਿਸਾਨ ਦਾ ਨੁਕਸਾਨ ਹੁੰਦਾ ਉਹ ਮੋਇਸਚਰ ਨਾਲ, ਉਹ ਲੈਵਲ ਕੰਡਕਟ ਕੀਤਾ ਜਾਂਦਾ, ਕਈ ਕਿਸਾਨ ਲੈ ਆਉਂਦੇ ਨੇ ਉਹ ਮੋਇਸਚਰ ਵਾਲਾ ਝੋਨਾ, ਉਹਦੇ ਵਿੱਚ 1-2 ਦਿਨ ਦਾ ਟਾਈਮ ਲੱਗਦਾ ਸੁੱਕਣ ਦੇ ਲਈ, ਇਹਦੇ 'ਚ ਕੋਈ ਉਹ ਹੈ ਨਹੀਂ ਕਿ ਹਾਂ ਕੋਈ ਕਿਸਾਨ ਹਰੇ ਰੰਗ ਦਾ ਝੋਨਾ ਲਿਆਊਗਾ, ਤੁਸੀਂ ਮੈਨੂੰ ਦੱਸੋ। ਸਾਰੇ ਕਿਸਾਨ ਜਿਹੜੇ ਨੇ ਆਪਣੀ ਫਸਲ ਨੂੰ ਹੋਸ਼ੋ ਆਵਾਜ਼ ਦੇ ਵਿੱਚ ਕੱਟ ਕੇ ਲਿਆਉਣਗੇ ਕਿ ਹਰੇ ਰੰਗ ਦਾ ਝੋਨਾ ਲਿਆਉਣਗੇ, ਦੱਸਣਾ ਜ਼ਰਾ ਕਿਰਪਾ। ਗੱਲ ਹੋ ਰਹੀ ਆ ਮੋਇਸਚਰ ਡਰਾਈਨੈਸ ਦੀ, ਗੱਲ ਹੋ ਰਹੀ ਹੈ ਜਿਹੜਾ ਮੋਇਸਚਰ ਆ ਜਾਂਦਾ ਨਾ ਝੋਨੇ ਦੇ ਵਿੱਚ, ਦਰਕਾਰ ਜੀ ਨਾਲ ਪੇ ਹੁੰਦੇ, ਉਸ ਕਰਕੇ ਖਰੀਦ ਕਈ ਉਸ ਚੀਜ਼ ਦੀ ਡਿਲੇ ਹੁੰਦੀ ਆ, ਉਹ ਕਿਸਾਨਾਂ ਨੂੰ। ਹੁਣ ਮੋਇਸਚਰ ਦਾ ਵੀ ਤੁਸੀਂ ਨਵਾਂ ਪੰਗਾ ਪਾ ਲਿਆ, ਤੁਹਾਡੀਆਂ ਮਸ਼ੀਨਾਂ ਵੱਖਰੀਆਂ, ਐਫ ਸੀ ਆਈ ਦੀ ਵੱਖਰੀਆਂ, ਆੜ੍ਹਤੀਆਂ ਦੀਆਂ ਵੱਖਰੀਆਂ, ਸ਼ੈਲਰ ਮਾਲਕਾਂ ਦੀਆਂ ਵੱਖਰੀਆਂ, ਵੱਖਰੀਆਂ ਵੱਖਰੀਆਂ ਮਸ਼ੀਨਾਂ ਰੱਖ ਕੇ ਵੱਖਰਾ ਮੋਇਸਚਰ ਕੰਟੈਂਟ ਦਿਖਾ ਦਿਓ। ਸਰਕਾਰ ਵੱਲੋਂ ਸਰਕਾਰ ਦੇ ਅਧਿਕਾਰੀ ਦੇਖੋ ਜਿਹੜਾ ਮੰਡੀਆਂ ਦੇ ਵਿੱਚ 1835 ਦੇ ਹਿਸਾਬ ਨਾਲ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖਰੀਦਿਆ ਜਾਂਦਾ, ਉੱਥੇ ਮੰਡੀ ਦੇ ਅਧਿਕਾਰੀ ਜਿਹੜੇ ਪ੍ਰਾਈਵੇਟ ਉੱਥੇ ਦੇ ਅਧਿਕਾਰੀ ਨੇ ਆੜ੍ਹਤੀਆਂ ਨੇ ਉਹਨਾਂ ਦੇ ਨਾਲ ਰਲ ਕੇ ਕਿਸਾਨਾਂ ਨੂੰ 1400-1500 ਦੇ ਹਿਸਾਬ ਨਾਲ ਖਰੀਦ ਕਰ ਰਹੇ ਨੇ, ਗੱਲ ਇਸ ਤਰ੍ਹਾਂ
ਗੌਰਵ ਜੀ ਗੱਲ ਇਸ ਤਰ੍ਹਾਂ ਇਹ ਤੁਸੀਂ ਦੇਖ ਕੇ ਲਿਆ ਬਨੂੜ ਮੰਡੀ ਦਾ ਹਾਲ ਤੇ ਹਰ ਮੰਡੀ ਦਾ ਇਹੋ ਹਾਲ ਹੈ। ਸਾਡੀ ਜਿਹੜੀ ਲੁੱਟ ਹੈ ਉਹ ਮੌਚਰ ਦੇ ਨਾਂ ਤੇ ਹੁੰਦੀ ਹੈ। ਜਿਹੜੀਆਂ ਇਹਨਾਂ ਦੀਆਂ ਮਸ਼ੀਨਾਂ ਹੈ ਸੈਲਰ ਦੀਆਂ ਜਾਂ ਆੜਤੀ ਦੀਆਂ ਉਹ ਵੱਧ ਦੱਸ ਦਿੰਦੀਆਂ 3 ਪੁਆਇੰਟ। ਜੇਕਰ ਮੰਡੀ ਬੋਰਡ ਇੱਕ ਮਾਰਕੀਟ ਕਮੇਟੀ ਦੇ ਜ਼ਰੀਏ ਇੱਕ ਮਸ਼ੀਨ ਹੈ ਜਿਹੜੀ ਉਹ ਰੱਖੇ ਉੱਥੇ ਇੱਕ ਕੰਡਾ ਰੱਖੇ ਤਾਂ ਕਿ ਜੇ ਕਿਸਾਨ ਨੇ ਆਪਣਾ ਬੋਰੀ ਦਿਖਾਉਣੀ ਹੈ ਕੱਟਾ ਦਿਖਾਉਣਾ 37.5 ਕਿਲੋ ਦਾ ਉਹ ਉੱਥੇ ਜੋਗ ਸਕੇ ਅਤੇ ਆਪਣਾ ਮੌਚਰ ਉੱਥੇ ਜਾ ਕੇ ਚੈੱਕ ਕਰ ਸਕੇ ਅਤੇ ਇੱਥੇ ਇਹ ਮੌਚਰ ਦਿਖਾ ਕੇ ਕਿਸਾਨ ਨੂੰ 2-3 ਦਿਨ ਲਵਾ ਕੇ ਫਿਰ ਇਹ ਲੁੱਟਦੇ ਸਾਨੂੰ ਤੇ ਉਹਦੀ ਫਿਰ ਇਹ ਕੱਟ ਲਾਉਂਦੇ ਆਪਣੇ ਮਨ ਮਰਜ਼ੀ ਦਾ ਵੀ ਇੰਨਾ ਕੱਟ ਲਾ ਕੇ ਤੇਰਾ ਜੁਖ ਜੂਗਾ। ਅਤੇ ਰਹੀ ਗੱਲ ਸੈਂਟਰ ਸਰਕਾਰ ਦੀ, ਸੈਂਟਰ ਸਰਕਾਰ ਨੇ ਜਿਹੜਾ ਪਿਛਲੇ ਸਾਲ ਦਾ 90 ਲੱਖ ਟਨ ਚੌਲਾ ਪਿਆਉਣ ਪਿਆ ਗੋਦਾਮਾਂ ਦੇ ਵਿੱਚ, ਜਿਹਦੇ ਕਰਕੇ ਸੈਲਰ ਮਾਲਕ ਵੀ ਉਹ ਡਰਦੇ ਆ 115 ਲੱਖ ਟਨ ਚਾਹੀਦਾ ਉਹਨਾਂ ਨੂੰ ਸਪੇਸ ਚੌਲ ਰੱਖਣ ਵਾਸਤੇ। ਤੇ ਪਿਛਲੇ ਸਾਲ ਦੇ 4.60 ਰੁਪਏ ਡਿਸਕਵਰ ਕਰਕੇ ਕਣਕ ਦੇ ਸਰਕਾਰ ਦੇ DC ਤੇ SSP ਨੇ ਫਿਰੋਜ਼ਪੁਰ ਕਿਹਾ ਸੀਗਾ ਕਿਸਾਨਾਂ ਦੇ ਧਰਨੇ ਦੇ ਵਿੱਚ ਅਸੀਂ ਦੇਵਾਂਗੇ 100 ਰੁਪਇਆ ਪਰ ਏਕੜ ਬਣਦਾ, ਕਿਹਾ ਕਿਸਾਨਾਂ ਨਾਲ ਇਹ ਵਾਅਦਾ ਕਰਕੇ ਇੱਦਾਂ ਹੀ ਮੁੱਕਰੀ ਜਾਊਂਗੇ। ਜੇ ਫਾਰਮ ਤੇ ਕਿਹਾ ਸੀ ਵੀ ਸਰਬੱਤ ਸਿਹਤ ਬੀਮਾ ਤੁਹਾਡਾ ਮਿਲੂਗਾ ਕਿਸਾਨਾਂ ਨੂੰ, ਉਹ ਅਜੇ ਤੱਕ ਕਿਸੇ ਨੂੰ ਕਾਰਡ ਨਹੀਂ ਮਿਲੇ, ਲੋਕ ਇਲਾਜ ਕਰਾ ਰਹੇ ਠੀਕ ਹੈ ਤੇ ਕੋਈ ਬੀਮਾ ਬੂਮਾ ਨਹੀਂ ਮਿਲਦਾ ਹੈ। ਬਲੀਵਾਲ ਸਾਹਿਬ ਯੂਰਪ ਦੇ ਵਿੱਚ ਸਿੱਧਾ ਮੋਇਸਚਰ ਕੰਟੈਂਟ ਦੇ ਨਾਂ ਤੇ ਮਸ਼ੀਨਾਂ ਦੇ ਰਾਹੀਂ ਧੱਕਾ ਹੋ ਰਿਹਾ, ਸਿੱਧੇ ਤੌਰ ਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਦੇਖੋ ਮੈਨੂੰ ਚੰਡੀਗੜ੍ਹ ਤੋਂ ਤੁਹਾਡੀ ਵਾਇਸ ਕਲੀਅਰ ਨਹੀਂ ਆ ਰਹੀ ਗੌਰਵ ਜੀ, ਮੈਂ ਉਹਨਾਂ ਨੇ ਕੀ ਕਿਹਾ ਮੈਨੂੰ ਸਮਝ ਨਹੀਂ ਆਇਆ। ਦੂਜੀ ਗੱਲ ਹੈ ਕੋਈ ਧੱਕਾ ਨਹੀਂ ਹੋ ਰਿਹਾ, ਪਿਛਲੀ ਵਾਰ ਵੀ ਸਾਡੇ ਮੰਤਰੀਆਂ ਨੇ ਜਾ ਕੇ ਇੰਸਪੈਕਸ਼ਨ ਕੀਤੀ ਆ, ਲੱਗੀਆਂ ਹੋਈਆਂ ਨੇ ਜਿਹੜੀ ਜਾ ਕੇ ਚੈਕਿੰਗ ਕਰਦੀਆਂ ਪਈਆਂ ਨੇ। ਮੈਂ ਜਿਹੜੀ ਮੋਇਸਚਰ ਕੰਟੈਕਟ ਦੀ ਗੱਲ ਕੀਤੀ ਆ ਉਹ ਹੋ ਰਿਹਾ, ਇੱਕ ਪ੍ਰੈਕਟੀਕਲ ਗੱਲ ਆ। ਤੇ ਜਿਹੜੀ ਡਿਲੇ ਹੁੰਦੀ ਆ ਉਸ ਗੱਲ ਪਿੱਛੇ ਮੰਡੀਆਂ ਦੇ ਵਿੱਚ ਡਿਲੇ ਆਉਂਦੀ ਆ, ਹੋਰ 'ਚ ਕੋਈ ਡੋਰ ਆਊਟ ਨਹੀਂ ਤਾਂ 1-1.5 ਦਿਨ ਦੇ ਵਿੱਚ ਬੰਦੇ ਚਲੇ ਜਾਂਦੇ ਨੇ ਕਿਸਾਨ ਭੁਗਤ ਕੇ। ਅੱਗੇ ਵਾਲਾ ਕੰਮ ਪਿਆ ਹੈਗਾ ਅਕਾਲੀ ਭਾਜਪਾ ਸਰਕਾਰ 37,000 ਕਰੋੜ ਦੀ ਲਿਮਿਟ ਕਣਕ ਚੱਲੀ ਆਈ, ਉਹਨੂੰ ਡਿਵੈਲਪਮੈਂਟ ਵਰਕ ਦੇ ਵਿੱਚ ਡਿਸਯੂਜ਼ ਕਰਕੇ ਕੰਮ ਕਰਕੇ ਕਿਸਾਨਾਂ ਨੂੰ ਰੋਲਿਆ ਗਿਆ। ਅਸੀਂ ਤਾਂ ਸਿੱਧੇ ਦੇ ਸਿੱਧੇ ਸਪਸ਼ਟ ਹੈ ਕਿ 5 ਲੱਖ ਨਹੀਂ, ਉਹਨਾਂ ਨੇ ਰੋਲਿਆ ਤੇ ਤੁਸੀਂ ਨਹੀਂ ਰੋਲ ਰਹੇ, ਤੁਸੀਂ ਕੀ ਕਰ ਰਹੇ ਹੋ? ਤੁਹਾਡੇ ਟਾਈਮ ਵੀ ਰੁਲਦਾ ਪਿਆ। ਯਾਰ ਅਸੀਂ ਕਹੀਏ ਬੜਾ ਖੁਸ਼ੀ ਖੁਸ਼ੀ ਸਵੇਰੇ 6-7 ਵਜੇ ਕਿਸਾਨ ਆ ਗਿਆ ਤੇ ਤੁਸੀਂ ਸ਼ਾਮੀ 5 ਵਜੇ ਉਹਦੀ ਫਸਲ ਖਰੀਦ ਕੇ ਉਹਨੂੰ ਵਿਹਲਾ ਕਰਤਾ, ਤੁਸੀਂ ਅਜਿਹਾ ਕੀਤਾ? ਦੇਖੋ ਗੱਲ ਦੱਸਾਂ ਕੀ ਆ ਗੌਰਵ ਜੀ, ਹਾਂਜੀ ਦੋ ਚੀਜ਼ਾਂ ਨੇ, ਇੱਕ ਤਾਂ ਆੜਤੀਆਂ ਦੇ ਥਰੂ ਖਰੀਦ ਹੁੰਦੀ ਆ, ਇੱਕ ਹੁੰਦੀ ਆ ਡਾਇਰੈਕਟ ਮੰਡੀ ਕਰਨ ਦੇ ਥਰੂ। ਦੋ ਚੀਜ਼ਾਂ ਨੇ, ਕਈਆਂ ਕਿਸਾਨਾਂ ਦਾ ਆੜਤੀਆਂ ਨਾਲ ਲੈਣ ਦੇਣ ਚੱਲਦਾ, ਉਹ ਉਹਦੇ ਕੋਲ ਡਾਇਰੈਕਟ ਜਾਂਦੇ, ਉਹਨਾਂ ਦੇ ਵਾਰੀ ਇਹ ਆਪਣੇ ਆਗੂ ਨੇ ਇਹਨਾਂ ਨੂੰ ਉਸ ਦੇ ਵਾਰੀ ₹2800 ਕਰੋੜ ਜਾਂਦਾ ਹਰ ਸਾਲ, ਕਾਹਦੇ ਵਾਸਤੇ ਕਰਦੇ ਕੀ ਪਏ ਆ? ਉਹ ਸਿਰਫ ਸਰਕਾਰੀ ਸਹੂਲਤਾਂ, ਲੱਖਾਂ ਰੁਪਏ ਤਨਖਾਹ ਲੈ ਕੇ ਬੈਠੇ ਮੰਡੀ ਬੋਰਡ ਦੇ ਚੇਅਰਮੈਨ, ਕੰਮ ਕੀ ਕਰ ਰਹੇ ਹੋ? ਬੋਬੀ ਸਿੰਘ ਜੀ, ਬੋਬੀ ਕੰਬੋਜ ਜੀ, ਤੁਸੀਂ ਆਪਣੇ ਸਰਕਾਰ ਦੇ ਬਾਰੇ ਤੁਹਾਡੇ ਕਹਿ ਰਹੇ ਕਿ ਤੁਹਾਡੇ ਟਾਈਮ ਤੇ 20-20 ਦਿਨ ਕਿਸਾਨ ਖੱਜਲ ਖੁਆਰੀ ਹੁੰਦਾ ਸੀਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਨਹੀਂ, ਮੈਨੂੰ ਇਹ ਦੱਸੋ ਨਾ, ਹਰਿਆਣੇ 'ਚ ਜ਼ਿਮਨੀ ਚੋਣਾਂ ਹੋ ਰਹੀਆਂ, ਉੱਥੇ ਲਿਫਟਿੰਗ ਪੂਰੀ, ਉੱਥੇ ਸਾਰਾ ਕੁਝ ਓਕੇ ਹੈ, ਉੱਥੇ ਜਗ੍ਹਾ ਵੀ ਪੂਰੀ ਹੈ ਤੇ ਪੰਜਾਬ 'ਚ ਕੋਈ ਲੋਡ ਨਹੀਂ, ਇੱਥੇ ਖਾਲੀ ਨਾ ਕਰੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਦੇਖੋ ਇਹ ਨੀਅਤ ਦੀ ਗੱਲ ਹੁੰਦੀ ਹੈ, ਜੇ
ਅੱਜ ਜਿਹੜਾ ਕਿਸਾਨ ਹੈ ਉਹ ਅੰਬਾਲੇ ਵੱਲ ਹਰਿਆਣੇ 'ਚ ਜਿਹੜਾ ਆਪਣੀ ਫਸਲ ਵੇਚਣ ਨੂੰ ਜ਼ਿਆਦਾ ਤਰਜੀਹ ਦੇ ਰਿਹਾ ਇਸੇ ਕਰਕੇ ਕਿਉਂਕਿ ਉੱਥੇ ਸਰਕਾਰ ਦੀ ਜਿਹੜੀ ਨੀਅਤ ਸਾਫ਼ ਹੈ ਉਹ ਸਵੇਰੇ ਜੇ ਕਿਸਾਨ ਜਾਂਦਾ ਉਹ ਦੁਪਹਿਰ ਵੇਲੇ ਆਪਣੀ ਫਸਲ ਵੇਚ ਕੇ ਉੱਥੋਂ ਆ ਜਾਂਦਾ ਹੈ ਤਾਂ ਸਰਕਾਰ ਦੀ ਨੀਅਤ ਦੀ ਗੱਲ ਹੈ। ਦੂਸਰੀ ਗੱਲ ਕੋਈ ਜਿਹੜਾ ਲਿਫਟਿੰਗ ਦੇਖੋ ਪਨਗ੍ਰੇਨ ਨੇ ਖਰੀਦਣਾ, ਮਾਰਕਫੈਡ ਨੇ ਖਰੀਦਣਾ, ਪਨਸਫ ਨੇ ਖਰੀਦਣਾ, PSWC ਨੇ ਖਰੀਦਣਾ, ਫਿਰ FCI ਨੇ ਖਰੀਦ ਕਰਨੀ ਹੈਗੀ ਆ। ਇਹ ਸਾਰੀਆਂ ਏਜੰਸੀਆਂ ਆਪਣੇ ਆਪਣੀ ਜੇ ਜ਼ਿੰਮੇਵਾਰੀ ਸਮਝਣਗੀਆਂ ਤਾਂ ਹੀ ਉੱਥੋਂ ਜਿਹੜੀ ਲਿਫਟਿੰਗ ਉੱਥੋਂ ਹੋਏਗੀ, ਤਾਂ ਹੀ FCF ਦੇ ਗੋਦਾਮਾਂ 'ਚ ਜਾਏਗੀ ਫਸਲ। ਅਤੇ ਮੈਂ ਤਾਂ ਇਹੀ ਕਹਿਣਾ ਚਾਹਵਾਂ ਭਾਵੇਂ ਕੋਈ ਸਰਕਾਰ ਹੋਵੇ, ਕਿਸਾਨਾਂ ਦੀ ਜਿਹੜੀ ਲੁੱਟ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਮੋਇਸਚਰ ਦੇ ਨਾਂ 'ਤੇ ਲੁੱਟਿਆ ਨਹੀਂ ਜਾਣਾ ਚਾਹੀਦੀ। ਪਰ ਮੰਦਭਾਗੀ ਗੱਲ ਹੈ, ਪਹਿਲੇ ਵੀ ਉਦਾਂ ਹੀ ਹੁੰਦੀ ਸੀ, ਅੱਜ ਵੀ ਹੋ ਰਹੀ ਹੈ। ਗਿਆਨ ਜੀ ਤੁਹਾਡੇ ਨਾਲ ਬੈਠੇ ਹੈ, ਮੰਡੀ ਤੁਹਾਨੂੰ ਅਸੀਂ ਦਿਖਾਤਾ, ਸ਼ਰੇਆਮ ਝੂਠ ਬੋਲਦੇ ਆ, ਸਫੇਦ ਝੂਠ ਬੋਲੀ ਜਾਂਦੇ ਆ, ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਹੈ, ਕਿਸਾਨ ਨੂੰ ਲੁੱਟੀ ਜਾ ਰਿਹਾ, ਕੋਈ ਪੁੱਛਣ ਵਾਲਾ ਨਹੀਂ ਹੈਗਾ। ਜ਼ਮੀਨਦਾਰ ਜਾਂਦਾ, ਉਹਨੂੰ ਜਾਣਕਾਰੀ ਹੈ ਨਹੀਂ ਵਿਚਾਰੇ ਨੂੰ। ਬਿਲਕੁਲ ਬਿਲਕੁਲ ਠੀਕ ਗੱਲ ਹੈ। ਦੇਖੋ ਕਿਸਾਨਾਂ ਦੀ ਲੁੱਟ ਜਿਹੜੀ ਹੈ ਨਹੀਂ ਹੋਣੀ ਚਾਹੀਦੀ, ਇਹਦੀ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ। ਜੇ ਕਿਤੇ ਲੈਵਲ 'ਤੇ ਜਿਹੜੀ ਸਰਕਾਰ ਵੱਲੋਂ ਜਿਹੜੀ ਸੁਸਤੀ ਦਿਖਾਈ ਜਾ ਰਹੀ ਹੈ ਕਿਸਾਨਾਂ ਦੀ ਫਸਲ ਖਰੀਦਣ ਦੇ, ਇੱਕ ਦੋ ਦਿਨ ਅਸੀਂ ਦੇਖ ਕੇ ਅਸੀਂ ਪੰਜਾਬ ਦੇ ਗਵਰਨਰ ਨੂੰ ਮਿਲਾਂਗੇ ਕਿ ਜਿਹੜਾ ਉਹ ਬੋਬੀ ਜੀ, ਜਦੋਂ ਤੁਸੀਂ ਆਪ ਸਰਕਾਰ ਚਾਹੁੰਦੇ ਹੋ, ਸੱਤਾ ਚਾਹੁੰਦੇ ਤਾਂ ਧਿਆਨ ਨਹੀਂ ਦਿੰਦੇ। ਹੁਣ ਵਿਰੋਧੀ ਧਿਰ ਦੇ ਤੌਰ 'ਤੇ ਬੈਠੇ ਹੋ ਤਾਂ ਤੁਸੀਂ ਪੁਰਜ਼ੋਰ ਮੰਗਾਂ ਕਰੀ ਫਿਰਦੇ ਹੋ, ਉਸ ਟਾਈਮ ਕੋਈ ਨਹੀਂ ਧਿਆਨ ਦਿੰਦਾ। ਉਦੋਂ ਵੀ ਕਿਸਾਨਾਂ ਦੇ ਲੁੱਟ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹਿੰਦਾ, ਇਹਨਾਂ ਦੀ ਕੋਈ ਨਹੀਂ ਸੁਣਵਾਈ ਹੈਗੀ ਹੈ। ਜਗਤਾਰ ਜੀ ਕਿਕਲੀ ਬਲੀਵਾਲ ਸਾਹਿਬ, ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹੈ? ਜੇ ਗੱਲ ਹਰਿਆਣੇ ਦੀ ਆਉਂਦੀ ਹੈ, ਹਰਿਆਣੇ ਦੇ ਵਿੱਚ ਲਿਫਟਿੰਗ ਵੀ ਹੋ ਰਹੀ ਹੈ, ਚੁਕਾਈ ਵੀ ਹੋ ਰਹੀ ਹੈ, ਈਵਨ ਕਿ ਪਰਾਲੀ ਵੀ ਸਾੜੀ ਜਾ ਰਹੀ ਹੈ, ਉੱਥੇ ਕਿਸਾਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਤੁਸੀਂ ਦੂਜੇ ਪਾਸੇ ਪੰਜਾਬ 'ਚ ਦੇਖ ਲਓ, ਫਰਮਾਨ ਵੀ ਜਾਰੀ ਕਰਤਾ ਸਰਕਾਰ ਨੇ ਵੀ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਉਹਦੇ 'ਤੇ ਅਸੀਂ ਕਾਰਵਾਈ ਕਰਾਂਗੇ, ਉਹਨਾਂ ਨੂੰ ਬਲੈਕਲਿਸਟ ਕਰ ਦਾਂਗੇ। ਇੱਥੇ FCI ਦੇ ਗੋਦਾਮ ਵੀ ਉੱਤੇ ਭਰੇ ਹੋਏ ਨੇ। ਇਹ ਸਾਰੀਆਂ ਜ਼ਿੰਮੇਵਾਰੀਆਂ ਕੇਂਦਰ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ। ਜੇ ਹਰਿਆਣੇ ਵਿੱਚ ਕੋਈ ਕਾਨੂੰਨ ਅਲੱਗ ਹੈ ਜਾਂ ਪੰਜਾਬ 'ਚ ਅਲੱਗ ਹੈ, ਕੇਂਦਰ ਸਰਕਾਰ ਇਹ ਜਵਾਬ ਇਹਨਾਂ ਦਾ ਦੇਣਾ ਬਣਦਾ ਹੈ ਵੀ ਪੰਜਾਬ ਦੇ ਟਾਈਮ ਰਹਿੰਦੇ ਜਿਹੜੇ FCI ਦੇ ਗੋਦਾਮ ਨੇ, ਸਰਕਾਰ ਨੇ ਉਹ ਕਿਉਂ ਨਹੀਂ ਉੱਤੇ ਜਿਹੜਾ ਝੋਨਾ ਸੀ ਕਣਕ ਕਿਉਂ ਨਹੀਂ ਚੁਕਾਈ ਕਰਾਈ? ਹਰਿਆਣੇ ਵਿੱਚ ਕਿਉਂ ਚੁਕਾ ਲਈ? ਕਿਉਂਕਿ ਉੱਥੇ BJP ਦੀ ਸਰਕਾਰ ਸੀ। ਗਿਆਨ ਜੀ ਪੰਜਾਬ ਦਾ ਕਿਸਾਨ ਮਜਬੂਰਨ ਹੁਣ ਚੋਣਾਂ ਤਾਂ ਪੰਜਾਬ ਵਿੱਚ ਵੀ ਚੱਲਦੀਆਂ ਪਈਆਂ, ਗੌਰਵ ਜੀ ਚੋਣਾਂ ਪੰਜਾਬ ਵਿੱਚ ਵੀ ਚੱਲਦੀਆਂ ਪਈਆਂ। ਨਹੀਂ, ਪੰਜਾਬ ਵੀ ਤਾਂ ਚੱਲਦੀ ਪਈਆਂ, FCI ਜਿਹੜੀ ਚੋਣਾਂ ਪੰਜਾਬ ਵਿੱਚ ਵੀ ਚੱਲਦੀਆਂ ਪਈਆਂ, ਤਾਂ ਇੱਥੇ ਇਹੀ ਇੱਥੇ ਨੀਅਤ ਦੀ ਗੱਲ ਹੈ, ਇੱਥੇ ਕੋਈ ਚੋਣਾਂ ਦਾ ਮੁੱਦਾ ਨਹੀਂ ਹੈਗਾ, ਇੱਥੇ ਨੀਅਤ ਦੀ ਗੱਲ ਹੈ। ਜੇ ਨੀਅਤ ਸਾਫ਼ ਹੈ, ਜੇ ਕਿਸਾਨਾਂ ਦੇ ਹਿਤੈਸ਼ੀ ਜੇ ਪਾਰਟੀਆਂ ਹੈਗੀਆਂ ਨੇ, ਤਾਂ ਉਹਨਾਂ ਨੂੰ ਕਿਸਾਨਾਂ ਨੂੰ ਖੱਜਲ ਖੁਆਰ ਨਹੀਂ ਕਰਨਾ ਚਾਹੀਦਾ ਮੰਡੀਆਂ 'ਚ। ਦੇਖੋ ਮੇਰੀ ਗੱਲ ਸੁਣੋ, ਮੈਂ ਇੱਕ ਗੱਲ ਇਹਨਾਂ ਨੂੰ ਹੋਰ BJP ਵਾਲਿਆਂ ਨੂੰ ਕਲੀਅਰ ਕਰਦਾ ਕਿ ਪਿਛਲੇ ਸਾਲ ਜਦੋਂ ਕਣਕ ਪੰਜਾਬ ਦੀ ਜਿਹੜੇ ਬਾਰਡਰ ਦੇ ਪਿੰਡ ਨੇ ਸਾਡੇ, ਉਹ ਹਰਿਆਣਾ, ਕਿਉਂਕਿ MS ਤਾਂ ਸਾਰੀ ਜਗ੍ਹਾ ਸੇਮ ਆ ਨਾ, ਹਰਿਆਣੇ ਦੀ ਹੈ ਚਾਹੇ ਇੱਥੋਂ ਦੀ ਹੈ, FCI ਪ੍ਰਤੀਤ ਦੀ, ਜਦੋਂ ਉਹ ਹਰਿਆਣਾ ਦੇ ਵਿੱਚ ਡੱਬ ਵਾਲੀ ਆ ਉੱਤੇ ਆਸ ਪਾਸ ਜਾਂ ਰੱਤੀਆਂ ਵਗੈਰਾ ਜਾਂਦੇ ਸੀ, ਤਾਂ ਸਾਡਾ ਨੇ ਹਰਿਆਣਾ ਪੁਲਿਸ ਲਾਤੀ ਸੀ ਸੜਕਾਂ 'ਤੇ ਕਿ ਪੰਜਾਬ ਦਾ ਕਿਸਾਨ ਹਰਿਆਣੇ ਦਾ ਐਂਟਰ ਹੋ ਜਾਵੇ, ਅਸੀਂ ਹਰਿਆਣੇ ਵਾਲਿਆਂ ਨੂੰ ਢੋਕਦੇ। ਇਹ ਪੰਜਾਬ
ਕਿਸਾਨਾਂ ਨੂੰ ਹਰਿਆਣੇ ਦੀ ਕਿਸਾਨ ਸੋਚਦੇ ਸੀ ਇਹੀ ਬੀਜੇਪੀ ਦੀ ਸਰਕਾਰ ਜਦੋਂ ਵੀ ਇਹਨਾਂ ਨੇ ਲਿਫਟ ਗੱਲ ਮੰਨਦੇ ਪਏ ਆ ਕਿ ਇਸ ਵੇਲੇ ਕਿ ਇੱਕ ਦੋ ਦਿਨ ਦਾ ਪ੍ਰੋਸੈਸ ਚੱਲਦਾ ਇਹਨਾਂ ਸਾਡੇ ਕਿਸਾਨਾਂ ਨੂੰ ਨਹੀਂ ਹਰਿਆਣੇ 'ਚ ਵੰਡ ਦਿੰਦੇ ਉੱਥੇ ਹੀ ਪਾਰ ਚੜ ਕੇ ਕਰ ਦਿੰਦੇ ਆ ਇਹ ਪੰਜਾਬੀ ਹੈ ਹਰਿਆਣੇ 'ਚ ਆ ਅਤੇ ਦੂਜੇ ਫਿਰ ਭਾਸ਼ਾ ਦੇ ਹਿਸਾਬ ਨਾਲ ਤਰਜਮਾਨ ਕਰਨ ਤੋਂ ਸ਼ੁਰੂ ਕਰ ਦਿੰਦੇ ਆ ਕਿਤੇ ਹਿੰਦੂ ਰਾਸ਼ਟਰ ਦੀ ਗੱਲ ਸ਼ੁਰੂ ਕਰ ਦਿੰਦੇ ਆ ਇਹਨਾਂ ਦੀ ਜਿਹੜੀ ਸੋਚ ਹੈ ਨਾ ਉਹ ਸੋਚ ਗਲਤ ਹੈ ਇਸ ਤੁਹਾਡੀ ਠੀਕ ਹੈ ਨਹੀਂ ਤੁਹਾਡੀ ਠੀਕ ਹੈ ਇਹਨਾਂ ਦੀ ਸੋਚ ਚਲੋ ਗਲਤ ਹੈ ਮੰਨ ਲੈਂਦੇ ਤੁਹਾਡੀ ਠੀਕ ਹੈ ਤੁਹਾਡੇ ਟਾਈਮ ਤੇ ਕਿਸਾਨ ਖੁਸ਼ ਹੈ ਆਪਣਾ ਦੱਸੋ ਤੁਸੀਂ ਤੁਸੀਂ ਪੰਜਾਬ ਨੂੰ ਰਿਪ੍ਰੈਜ਼ੈਂਟ ਕਰ ਰਹੇ ਹੋ ਨਾ ਕਾਂਗਰਸ ਪਾਰਟੀ ਤੁਹਾਡੀ ਹੈ ਸਰਕਾਰ ਤੁਹਾਡੀ ਹੈ ਤੁਹਾਡੇ ਰਾਜ ਚ ਕਾਂਗਰਸ ਦੇ ਰਾਜ ਦੇ ਵਿੱਚ ਕੀ ਕਿਸਾਨ ਖੁਸ਼ ਹੈ ਉਸ ਦੀ ਲੁੱਟ ਬੰਦ ਹੋ ਗਈ ਨਹੀਂ ਆਹ ਮੋਇਸਚਰ ਦੇ ਨਾਂ ਤੇ ਵੱਖਰੀ ਵੱਖਰੀ ਮਸ਼ੀਨਾਂ ਦੇ ਨਾਂ ਤੇ ਤੋਲਣ ਦੇ ਨਾਂ ਤੇ ਹਰ ਥਾਂ ਤੇ ਕਿਸਾਨ ਦੀ ਲੁੱਟ ਹੋ ਰਹੀ ਹੈ ਗਿਆਨ ਜੀ ਦੱਸ ਦਿਓ ਬਲੀਵਾਲ ਸਾਹਿਬ ਨੂੰ ਨਹੀਂ ਕਿਸਾਨ ਆਗੂ ਆਪਣੇ ਗੱਲ ਇਹੀ ਹੈ ਵੀ ਇਹ ਮੋਚਰ ਦੀ ਮਸ਼ੀਨ ਇੱਕ ਰੱਖ ਲੈਣਾ ਕੰਪਿਊਟਰ ਕੰਡੇ ਲਾ ਦੇਣਾ ਸਾਨੂੰ ਤੇ ਆਹ ਜਿਹੜੀ ਪਰਾਲੀ ਦੇ ਫਰਮਾਨ ਹੈ ਸਾਡੇ ਕਾਲੇ ਰੰਗ ਦੇ ਵੀ ਜਿਹੜੇ ਫਰਦ ਤੇ ਲਾ ਦੇਣੇ ਸੋਸਾਇਟੀ ਚੋਂ ਬੰਦ ਕਰ ਦੇਣਾ ਜਾਂ ਫਿਰ ਸਾਨੂੰ ਇਹ ਤਾਂ ਕਿਸਾਨ ਦਾ ਗਲਾ ਘੁੱਟਣ ਵਾਲਾ ਕੰਮ ਹੈ ਪਹਿਲਾਂ ਹੀ ਖੁਦਕੁਸ਼ੀ ਕਰ ਰਿਹਾ ਤੇ ਹੋਰ ਉਸ ਵੱਲ ਨੂੰ ਧੱਕਣ ਦੀ ਗੱਲ ਹੈ ਇਹ ਅਮੀਰ ਲਈ ਕਾਨੂੰਨ ਹੋ ਰਿਹਾ ਗਰੀਬ ਲਈ ਹੋ ਰਿਹਾ ਕਿਸਾਨ ਨੂੰ ਤਾਂ ਰੇਡੀਓ ਰਾਹੀਂ ਵੀ ਬੱਸਾਂ ਤੇ ਲਾ ਕੇ ਕਿਸਾਨ ਪਰਾਲੀ ਫੂਕ ਰਿਹਾ ਤੇ ਦੂਜੇ ਪਾਸੇ ਜਿਹੜੀਆਂ 7% ਹੈ ਸਿਰਫ ਕਿਸਾਨ ਜਿਹੜਾ ਇੱਕ ਮਹੀਨੇ ਵਾਸਤੇ ਪੋਲਿਊਸ਼ਨ ਕਰਦਾ ਕਿਸਾਨ ਗ੍ਰੀਨਰੀ ਵੀ ਦੇ ਰਿਹਾ ਉਹਦੀ ਕੋਈ ਗੱਲ ਨਹੀਂ ਹੈਗੀ ਇਹ ਡੇਰਾਬੱਸੀ ਦੇ ਨੇੜੇ ਨਾਰ ਗਰੁੱਪ ਐਰਾ ਵਗੈਰਾ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਪਾਣੀ ਗੰਦਾ ਪਾਣੀ ਤੇ ਧੂੰਆਂ ਇੰਨਾ ਛੱਡ ਰਹੀਆਂ ਗੱਲ ਛੱਡ ਦਿਓ ਤੇ ਲੋਕਾਂ ਦੇ ਵਿਹੜਿਆਂ ਦੇ ਵਿੱਚ ਕਾਲਸਗਰੀ ਪਈ ਹੈ ਕੋਈ ਰੌਲਾ ਨਹੀਂ ਪਾਉਂਦਾ ਨਾ ਕੋਈ ਅਖਬਾਰ ਪਾਉਂਦੇ ਨਾ ਕੋਈ ਮੀਡੀਆ ਪਾਉਂਦਾ ਦੁਸਹਿਰੇ ਤੇ 32 ਲੱਖ ਦਾ ਇੱਥੇ 212 ਫੁੱਟ ਦਾ ਪੁਤਲਾ ਫੂਕਿਆ ਗਿਆ ਤੇ ਸਾਨੂੰ ਬਦਨਾਮ ਕਰਦੇ ਕਿਸਾਨ ਪ੍ਰਦੂਸ਼ਣ ਕਰਦਾ ਹੁਣ ਲੱਖਾਂ ਟਨ ਹੈ ਜਿਹੜਾ ਦੀਵਾਲੀ 'ਤੇ ਲੱਗਣਾ ਕਿਹਾ ਇਹ ਅੱਖਾਂ ਵੀ ਅੰਨੇ ਵੀ ਹੋਣਾ ਲੋਕਾਂ ਨੇ ਹੱਥ ਵੀ ਫੂਕੇ ਜਾਣੇ ਕਿਹਾ ਸਰਕਾਰ ਬੜੇ ਪਟਾਕਿਆਂ 'ਤੇ ਪਾਬੰਦੀ ਨਹੀਂ ਲਾ ਸਕਦੀ ਛੋਟਿਆਂ 'ਤੇ ਚਲੋ ਬੱਚੇ ਜਿਹੜਾ ਚਲਾਉਣਾ ਛੋਟਾ ਚਲਾ ਲੂਗਾ ਸਰਕਾਰ ਦੁਸਹਿਰਿਆਂ 'ਤੇ ਕੰਟਰੋਲ ਕਰਿਆ ਕਿਹਾ ਰਾਉਣ ਦਾ ਕੱਦ ਜਿਹੜਾ ਉਹ ਐਡਾ ਵੱਡਾ ਹੁੰਦਾ ਬੰਦੇ ਆਰਾਮ ਨਾਲੋਂ ਵੀ ਵੱਡਾ ਉਹ ਕੱਦ ਦਿਖਾਇਆ ਜਾਂਦਾ 212 ਫੁੱਟ ਆਰਾਮ ਦਾ ਕਿਤੇ ਛੋਟਾ ਰਹਿ ਗਿਆ ਉਹਦੇ ਨਾਲੋਂ ਵੀ ਉਹਦੇ 'ਤੇ ਕੰਟਰੋਲ ਕਰਿਆ ਜਾਵੇ ਸਰਕਾਰ ਜਿੱਥੇ ਕੰਟਰੋਲ ਕਰਨਾ ਉੱਥੇ ਕਰਦੀ ਨਹੀਂ ਕਿਸਾਨ ਨੂੰ ਫਾਹੇ ਟੰਗ ਰਹੀ ਹੈ ਨਾ ਉਹਦੇ ਫਸਲ ਦੇ ਕਿਤੇ ਰੇਟ ਦੇਣੇ ਨਾ ਗੰਨੇ ਦੀ ਸਹੀ ਟਾਈਮ ਤੇ ਉਹ ਦੇਣੀ ਹੈ ਗੱਲ ਸਹੀ ਹੈ ਪੇਮੈਂਟ ਕਿਸਾਨ ਤਾਂ ਮਰ ਰਿਹਾ ਜੀ ਦੇਖੋ ਗੱਲ ਇਹ ਹੈ ਮੈਂ ਤਾਂ ਇੱਕ ਗੱਲ ਸਮਝਦਾ ਹੈ ਵੀ ਨਾ ਤਾਂ ਸੂਬਾ ਸਰਕਾਰ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਸੰਜੀਦਾ ਨਾ ਕੇਂਦਰ ਸਰਕਾਰ ਹੈ ਹੁਣ ਜੇ ਗੱਲ ਸ਼ੈਲਰਾਂ ਦੀ ਚੱਲਦੀ ਹੈ ਜੇ ਸੂਬਾ ਸਰਕਾਰ ਨੂੰ ਪਤਾ ਵੀ 1 ਤਰੀਕ ਤੋਂ ਕਣਕ ਦੀ ਜਿਹੜੀ ਆਪਣੀ ਝੋਨੇ ਦੀ ਜਿਹੜੀ ਖਰੀਦ ਹੈ ਉਹ ਸ਼ੁਰੂ ਹੋਣੀ ਹੈ ਤਾਂ ਕਿਉਂ ਨਹੀਂ ਪਹਿਲਾਂ ਟਾਈਮ ਰਹਿੰਦੇ ਸਾਰੇ ਪ੍ਰਬੰਧ ਕੀਤੇ ਗਏ ਜੇ ਸ਼ੈਲਰਾਂ ਦਾ ਅਤੇ ਕਾੜਤੀਆਂ ਦਾ ਕੋਈ ਰੌਲਾ ਸੀ ਕਿਉਂ ਨਹੀਂ ਸਰਕਾਰ ਨੂੰ ਸੰਜੀਦਾ ਹੋ ਕੇ ਇਹਨੂੰ ਹੱਲ ਕੀਤਾ ਅੱਜ ਕਿਉਂ ਇਹ ਮਸਲੇ ਸਾਹਮਣੇ ਆ ਰਹੇ ਨੇ ਜਦੋਂ ਕਿਸਾਨ ਰੋੜ ਰਿਹਾ ਮੰਡੀਆਂ ਦੇ ਵਿੱਚ ਕਿਉਂ ਨਹੀਂ ਕੇਂਦਰ ਸਰਕਾਰ ਨੇ FCI ਦੇ ਗੋਦਾਮਾਂ ਨੂੰ ਟਾਈਮ ਰਹਿੰਦੇ ਖਾਲੀ ਕਰਾਇਆ ਤਾਂ ਜੋ ਜਿਹੜੀ ਫਸਲ ਆ ਉਹ ਨਾ ਰੁਲੇ ਇਹ ਹੁਣ ਬਿਆਨਬਾਜ਼ੀ ਹੈ ਸਿਰਫ ਕਿਸਾਨਾਂ ਨੂੰ ਲੁੱਟਿਆ ਦੇ ਸੁੱਟਿਆ ਜਾਂਦਾ ਵਰਤਿਆ ਜਾਂਦਾ ਵੋਟਾਂ ਟਾਈਮ ਚਾਹੇ ਕੈਪਟਨ ਅਮਰਿੰਦਰ ਸਿੰਘ ਆ ਕੇ ਕਹਿ ਦਿੰਦੇ ਜੀ ਕਰਜ਼ਾ ਮਾਫ਼ ਕਰ ਦਾਂਗੇ ਅੱਜ ਵੀ ਕਿਸਾਨਾਂ ਦੇ ਸਿਰ 'ਤੇ ਲੱਖਾਂ ਕਰੋੜਾਂ ਦਾ ਖਰਚਾ ਖੜਿਆ ਅੱਜ ਵੀ ਖੁਦਕੁਸ਼ੀਆਂ ਹੋ ਰਹੀਆਂ ਦੱਸੋ ਖੁਦਕੁਸ਼ੀਆਂ ਰੁਕੀਆਂ ਮੈਂ ਤੁਹਾਨੂੰ ਦੱਸ ਕੇ ਰੱਖਦੀ ਹਾਂ ਵੀ ਕੱਲ੍ਹ ਵੀ ਖੁਦਕੁਸ਼ੀ ਮੌੜ ਮੰਡੀ ਦੇ ਵਿੱਚ ਹੋਈ ਹੈ ਜੇ ਤੂੰ ਸਰਕਾਰ ਸੰਜੀਦਾ ਹੁੰਦੀ ਤਾਂ ਸਰਕਾਰ ਟਾਈਮ ਰਹਿੰਦੇ ਇਹ ਸਾਰੇ ਮਸਲਿਆਂ ਨੂੰ ਹੱਲ ਕਰਾਉਂਦੀ ਇਹ ਸੰਜੀਦਾ ਨਹੀਂ ਹੈਗੇ ਕਿਸਾਨ ਨੂੰ ਬਰਬਾਦੀ ਵੱਲ ਧੱਕਣ ਵਾਸਤੇ ਲੱਗੇ ਹੋਏ ਨੇ ਪਤਾ ਨਹੀਂ ਕੀ ਗੱਲ ਹੈ ਸਰਕਾਰ ਦਾ ਕਿਸਾਨਾਂ ਨਾਲ ਕੋਈ ਮੋਹ ਨਹੀਂ ਤੁਸੀਂ ਦੇਖ ਲਓ ਇਹਨਾਂ ਦੀ ਆਮਦਨ ਚਾਹੇ ਇਹਨਾਂ ਦੇ ਮੰਤਰੀ ਹੋਣ MLA ਹੋਣ ਜਾਂ ਇਹਨਾਂ ਦੇ ਮੁਲਾਜ਼ਮ ਵਰਗ ਹੋਵੇ ਉਹਨਾਂ ਦੀ ਆਮਦਨ ਤਾਂ ਦੇਖੋ ਕਿੱਥੇ ਚਲੇ ਗਈ ਕਿਸਾਨ ਅੱਜ ਉਸੇ ਦੇ ਉੱਥੇ ਹੀ ਖੜ੍ਹੇ ਹੈ
ਕਿਸਾਨ ਦੀ ਆਮਦਨ ਵਿੱਚ ਬਿਲਕੁਲ ਬਲੀਵਾਲ ਸਾਹਿਬ ਬਲੀਵਾਲ ਸਾਹਿਬ ਉਲਟਾ ਕਰਜ਼ਾ ਹੀ ਹੋ ਰਿਹਾ ਹੈ ਰਾਈਟ ਰਾਈਟ ਬਲੀਵਾਲ ਸਾਹਿਬ ਗੱਲ ਇਹ ਹੈ ਰਾਈਟ ਬਲੀਵਾਲ ਸਾਹਿਬ ਤੁਹਾਡੀ ਨੀਅਤ ਤੁਹਾਡੀ ਮਨਸ਼ਾ ਦੇ ਉੱਪਰ ਸਵਾਲ ਖੜੇ ਹੋ ਰਹੇ ਕਿ ਆਖਿਰ ਅਜਿਹਾ ਕਿਉਂ ਮੰਡੀ ਬੋਰਡ ਦਾ ਚੇਅਰਮੈਨ ਤੁਸੀਂ ਆਪਣੀ ਕਾਂਗਰਸ ਪਾਰਟੀ ਦਾ ਲਾ ਦਿੰਦੇ ਹੋ, ਮੰਡੀਆਂ ਦੇ ਵਿੱਚ ਪ੍ਰਬੰਧ ਨਹੀਂ ਹੁੰਦੇ, ਦੂਜੇ ਪਾਸੇ ਇਹ ਮਸ਼ੀਨਾਂ ਜਿਹੜੀ ਤੋਲਣ ਵਾਲੀਆਂ ਹੈ ਅਤੇ ਉਹ ਮਸ਼ੀਨਾਂ ਜਿਹੜੀਆਂ ਮੋਇਸਚਰ ਕੰਟੈਂਟ ਨੂੰ ਮਾਪਣ ਵਾਲੀਆਂ ਨੇ, ਜਾਂਚਣ ਵਾਲੀਆਂ ਨੇ, ਇਹ ਦੋਨਾਂ ਦੇ ਨਾਲ ਹੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ, ਇਸ ਦੇ ਉੱਪਰ ਸਰਕਾਰ ਧਿਆਨ ਦੇ ਰਹੀ ਹੈ? ਦੇਖੋ ਗੌਰਵ ਜੀ, ਗੱਲ ਇਹ ਹੈ ਕਿ ਸਾਡੇ ਮੰਤਰੀ, ਸਾਡੇ MLA, ਮੈਂ ਖੁਦ ਆ ਕੇ ਹਲਕਾ ਸਾਹਮਣੇ ਤੋਂ 5 ਮਿੰਟ ਪਹਿਲਾਂ ਵਾਪਸ ਆਇਆ, ਕੋਈ ਦਿੱਕਤ ਨਹੀਂ ਆ ਰਹੀ। ਮੈਂ ਇੱਕ ਜ਼ਰੂਰ ਮੰਨਦਾ ਕਿ 1-2 ਦਿਨ ਦਾ ਟਾਈਮ ਪ੍ਰੋਸੈਸਿੰਗ ਟਾਈਮ ਹੈਗਾ ਜ਼ਰੂਰ ਹੈ, ਉਸ ਚੀਜ਼ 'ਚ ਕੋਈ ਹਰਜ ਨਹੀਂ ਹੈਗਾ। ਕਿ ਮੇ ਵੀ ਲਾਲ ਸਿੰਘ ਜੀ ਕਿਤੇ ਬਾਹਰ ਹੋਣ ਜਾਂ ਸਿਹਤ ਦਾ ਕੋਈ ਇਸ਼ੂ ਹੋਵੇ, ਮੈਂ ਕਹਿ ਨਹੀਂ ਸਕਦਾ। ਸਾਡੇ ਮੰਤਰੀ ਜਦਤਕਰ ਸੀਜ਼ਨ ਚੱਲਣਾ, ਉਹ ਬਾਹਰ ਹੀ ਰਹਿਣਾ, ਉਹਨਾਂ ਨੇ ਆਉਣਾ ਥੋੜ੍ਹਾ ਨਾ ਹੈਗਾ। ਨਹੀਂ, ਉਹ ਆਉਣ ਬਾਹਰ ਵੀ ਹੋ ਸਕਦੇ ਆ ਗੌਰਵ ਜੀ, ਮੈਨੂੰ ਉਸ ਬਾਰੇ ਪਤਾ ਨਹੀਂ ਲਾਲ ਸਿੰਘ ਜੀ ਕਿੱਥੇ ਨੇ, ਪਰ ਸਾਡੇ ਮੰਤਰੀ ਭਰਤਨ ਆਸ਼ੂ ਨੇ ਵੀ ਜਾ ਕੇ ਆਇਆ, ਮੁੱਲਾਪੁਰ ਵੀ ਜਾ ਕੇ ਆਇਆ, ਸਾਹਨੇਵਾਲ ਵੀ ਹੋ ਗਿਆ ਆ, ਬਾਕੀ ਸਾਰੀ ਜਗ੍ਹਾ ਵੀ ਜਾ ਰਹੇ ਨੇ, ਸਾਰੇ MLA ਔਨ ਟੂਰਸ ਨੇ, ਸਾਰੀਆਂ ਮੰਡੀਆਂ ਦਾ ਦੌਰਾ ਕਰਦੇ ਪਏ ਨੇ। ਕਿਤੇ ਮਾੜੀ ਮੋਟੀ ਉਹਦੀ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜੇ ਆਪਾਂ ਇਹ ਕਹਿ ਸਕਦੇ ਕਿ ਇਹਨੂੰ 99-100% ਸਾਡੀ ਖਰੀਦ ਬਹੁਤ ਵਧੀਆ ਚੱਲਦੀ ਪਈ ਆ, ਪਰ ਅਸੀਂ ਇਸ ਚੀਜ਼ ਦਾ ਮਾਪ ਦਿੰਦੇ ਹਾਂ ਆਪਦੇ ਆਪ ਨੂੰ ਕਿ 5,50,000 ਝੋਨਾ ਚੱਕਿਆ ਗਿਆ ਜਿਹੜਾ, ਆਪਣੇ ਤੁਸੀਂ ਬਹੁਤ ਵਧੀਆ ਕੰਮ ਕਰ ਲਿਆ, ਆਪਣੇ ਆਪ ਨੂੰ ਥਾਪੀਆਂ ਖੁਦ ਹੀ ਦੇਈ ਜਾਂਦੇ ਹੋ। 1-2-4-5 ਮਤਲਬ ਕੀ ਹੋਇਆ, ਇਸਦਾ ਮਤਲਬ ਕੀ ਹੋਇਆ? ਕੋਈ ਦਿੱਕਤ ਨੀ, ਅਗਰ 15-20-50 ਕਿਸਾਨਾਂ ਨੂੰ ਆ ਗਈ ਤਾਂ ਉਹ ਕਿਸਾਨਾਂ ਦੀ ਕੀ ਗਲਤੀ ਜਿਹਨਾਂ ਨੂੰ ਆ ਗਈ? ਮੈਂ ਕਿਹਾ ਕੋਈ ਮੋਇਸਚਰ ਕੰਟੈਂਟ ਵੀ ਹੋ ਸਕਦਾ ਉਹਦੇ ਵਿੱਚ, ਕੋਈ ਹੋਰ ਰੀਜ਼ਨਿੰਗ ਵੀ ਹੋ ਸਕਦੀ ਹੈ, ਕਿਤੇ ਆੜਤੀਏ ਨਾਲ ਕੋਈ ਡੀਲਿੰਗ ਦੀ ਵੀ ਗੱਲ ਹੋ ਸਕਦੀ ਹੈ, ਅਲੱਗ ਅਲੱਗ ਰੀਜ਼ਨਿੰਗ ਹੋ ਸਕਦੀ ਹੈ। ਕਿਸਾਨਾਂ ਨੂੰ ਦਿੱਕਤ ਆ ਰਹੀ ਹੈ ਮੰਡੀਆਂ ਦੇ ਵਿੱਚ, ਆਹ ਪਤਾ ਨਹੀਂ ਤੁਸੀਂ ਕਿਹੜੀ ਮੰਡੀ ਅੱਜ ਜਾ ਰਹੇ ਹੋ, ਤੁਹਾਡੇ ਭਾਰਤ ਭੂਸ਼ਣ ਆ ਚੁੱਕੇ ਜਾ ਰਹੇ ਹੋ, ਤੁਸੀਂ ਸਾਹਨੇਵਾਲ ਦੀ ਮੰਡੀ 'ਚ ਜਾ ਕੇ ਆਇਓ, ਪਤਾ ਨਹੀਂ ਤੁਹਾਡੀ ਕਿਹੜੀਆਂ ਮੰਡੀਆਂ ਜਿੱਥੇ ਤੁਸੀਂ, ਤੁਹਾਨੂੰ ਪਤਾ ਨਹੀਂ ਕਿਹੜਾ ਚਸ਼ਮਾ ਪਾ ਕੇ ਤੁਸੀਂ ਦੇਖਦੇ, ਤੁਹਾਨੂੰ ਸਾਰਾ ਕੁਝ ਸਾਰਾ ਰੋਜ਼ੀ ਰੋਜ਼ੀ ਦਿਖਦਾ, ਬਹੁਤ ਵਧੀਆ ਹੈਗਾ, ਪਰ ਜਿਹੜੀ ਮੰਡੀ 'ਚ ਅਸੀਂ ਪਹੁੰਚ ਗਏ ਬਨੂੜ ਦੇ ਵਿੱਚ, ਨਾਲ ਹੀ ਝੂਠ ਫੜ ਲਿਆ, ਕਿਸਾਨਾਂ ਦਾ ਦਰਦ ਦੁੱਖ ਦਰਦ ਸਾਫ਼ ਨਹੀਂ ਦਿਖਾਈ ਦਿੱਤਾ। ਪਤਾ ਨਹੀਂ ਤੁਹਾਡੀ ਕਿਹੜੀਆਂ ਮੰਡੀਆਂ ਨੇ, ਜੇ ਤੁਸੀਂ ਜਾਂਦੇ ਹੋ, ਜਾਣ ਤੋਂ ਪਹਿਲੇ ਫੋਨ ਕਰ ਦਿੰਦੇ ਹੋ, ਜਾਂਦੇ ਠੀਕ ਹੋ ਜਾਂਦਾ, ਜਿਵੇਂ ਜਾਂਦੇ ਹੋ ਫਿਰ ਵਿਚਾਰੇ ਦਿੱਕਤ 'ਚ ਆ ਜਾਂਦੇ ਆ, ਪਰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਮੇਰੇ ਕੋਲ ਸਮਾਂ ਖਤਮ ਹੋ ਗਿਆ। ਕਿਸਾਨਾਂ ਦਾ ਦੁੱਖ ਦਰਦ ਤੁਹਾਨੂੰ ਸਮਝਣਾ ਚਾਹੀਦਾ ਹੈਗਾ, ਅਗਲੀ ਵਾਰ ਵੋਟਾਂ ਲੈਣ ਤਾਂ ਹੀ ਜਾਓਗੇ ਜੇ ਕੰਮ ਕਰੋਗੇ। ਤੁਸੀਂ ਸਾਰੇ ਅੱਜ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ, ਮੁੱਦੇ ਦੇ ਵਿੱਚ ਇੰਨਾ ਹੀ ਇਜਾਜ਼ਤ ਦਿਓ, ਧੰਨਵਾਦ।